ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਤੇਸ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਵੱਡਾ 247 ਦੇ YouTube ਚੈਨਲ ਦੇ ਉੱਤੇ ਤੇ ਸ਼ਾਮ ਦੇ ਬੱਜ ਚੁੱਕੇ ਨੇ ਜੀ 4 ਤੇ 4 ਵਜੇ ਹੁੰਦੀ ਹੈ ਪੰਜਾਬ ਜੀਕੇ ਦੀ ਕਲਾਸ ਉਹ ਪੰਜਾਬ ਜੀਕੇ ਦੀ ਕਲਾਸ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਚਾਹੇ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਦੇਣਾ ਚਾਹੇ ਪੰਜਾਬ ਪੁਲਿਸ ਸਬ ਇੰਸਪੈਕਟਰ ASI ਦਾ ਪੇਪਰ ਦੇਣਾ ਚਾਹੇ ਪੰਜਾਬ ਪਟਵਾਰੀ ਚਾਹੇ ਪੰਜਾਬ ਪੀ ਟ੍ਰਿਪਲ ਐਸ ਵੀ ਕਲਰਕ ਚਾਹੇ ਸੀਨੀਅਰ ਅਸਿਸਟੈਂਟ ਲੇਬਰ ਇੰਸਪੈਕਟਰ ਪੀਐਸਟ ਸੋ ਜੋ ਵੀ ਇਗਜ਼ਾਮ ਦੇਣਾ ਉਹਨਾਂ ਸਾਰਿਆਂ ਦੇ ਲਈ ਇਹ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਜੇ ਆਡੀਓ ਵੀਡੀਓ ਇੱਕ ਵਾਰ ਯਸ ਸਰ ਜ਼ਰੂਰ ਲਿਖ ਦਿਓ ਤੇ ਆਪਾਂ ਇਸ ਕਲਾਸ ਦਾ ਨਾਮ ਵੀ ਰੱਖਿਆ ਹੋਇਆ ਹੈ ਸਿਲੈਕਸ਼ਨ ਵਾਲੀ ਕਲਾਸ ਸੋ ਸਿਲੈਕਸ਼ਨ ਵਾਲੀ ਕਲਾਸ ਦੀ ਆਪਣੇ ਕੋਲੇ 58 ਨੰਬਰ ਕਲਾਸ ਹੋ ਚੁੱਕੀ ਹੈ ਤੋਂ ਪਹਿਲਾਂ 57 ਕਲਾਸਸ ਹੋ ਚੁੱਕੀਆਂ ਨੇ ਆਈ ਹੋਪ ਤੁਸੀਂ ਪਹਿਲੀਆਂ ਕਲਾਸਸ ਜ਼ਰੂਰ ਦੇਖੀਆਂ ਹੋਣਗੀਆਂ ਨਹੀਂ ਦੇਖੀਆਂ ਤਾਂ ਜ਼ਰੂਰ ਦੇਖ ਲਿਓ ਬਾਕੀ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਸੋ ਕੁਝ ਵੈਕੈਂਸੀਆਂ ਜਿਹੜੀਆਂ ਆਈਆਂ ਨੇ ਆਈਆਂ ਨੇ ਜਿਨ੍ਹਾਂ ਨੂੰ ਤੁਸੀਂ ਭਰਨਾ ਆ ਲੇਬਰ ਇਨਸਪੈਕਟਰ ਦੱਸੋ ਕਿਹਨੇ ਕਿਹਨੇ ਭਰਤੀ ਆ 52 ਵੈਕੈਂਸੀਜ਼ ਨੇ ਮੈਂ ਤਾਂ ਦੱਸ ਦ ਰਿਹਾ ਨਾ ਤਾਂ ਕਿ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਹੇ 16 ਫਰਵਰੀ ਤੋਂ ਆਲਰੇਡੀ ਭਰਨੀਆਂ ਸਟਾਰਟ ਹੋ ਚੁੱਕੀਆਂ ਨੇ 11 ਮਾਰਚ ਤੱਕ ਚੱਲਣੀਆਂ ਸੋ ਨਹੀਂ ਭਰੀਆਂ ਤਾਂ ਜਰੂਰ ਭਰ ਦਿਓ ਕਲਰਕ ਦੀਆਂ ਪੋਸਟਾਂ ਆਈਆਂ ਨੇ 256 ਸੀਨੀਅਰ ਅਸਿਸਟੈਂਟ ਕਮਿੰਗ ਇੰਸਪੈਕਟਰ ਦੀਆਂ 62 ਵੈਕੈਂਸੀਆਂ ਨੇ ਸੋ ਕਾਫੀ ਸਾਰੀਆਂ ਹੋਰ ਵੀ ਜਿਵੇਂ ਹੀ ਕੋਈ ਨੋਟੀਫਿਕੇਸ਼ਨ ਨਾ ਆਊਗਾ ਮੈਂ ਜ਼ਰੂਰ ਦੱਸ ਦੂੰਗਾ ਤਾਂ ਕਿ ਬੱਚਿਆਂ ਨੂੰ ਪਤਾ ਲੱਗਦਾ ਰਹੇ ਸੋ ਮੇਰਾ ਮੋਟਿਵ ਇਹੀ ਹੈ ਜੀ ਵੈਕੈਂਸੀਆਂ ਦੱਸਣ ਦਾ ਹੁਣ ਆਪਾਂ ਕਰਦੇ ਹਾਂ ਸਟਾਰਟ ਰਿਵੀਜ਼ਨ ਹਾਂ ਵੀ ਕਰੀਏ ਫਿਰ ਇੱਕ ਵਾਰ ਯਸਰ ਲਿਖ ਦਿਓ ਜੇ ਆਪਾਂ ਰਿਵੀਜ਼ਨ ਦੀ ਸ਼ੁਰੂਆਤ ਕਰਦੇ ਹਾਂ ਆਡੀਓ ਵੀਡੀਓ ਓਕੇ ਇੱਕ ਵਾਰ ਯਸਰ ਲਿਖੋ ਕਲੀਅਰ ਆ ਸਾਰਾ ਕੁਝ ਤਾਂ ਸਭ ਕੁਝ ਕਲੀਅਰ ਆ ਤਾਂ ਯਸਰ ਲਿਖ ਦਿਓ ਜੀ ਚਲੋ ਸੋ ਕਰਦੇ ਹਾਂ ਸ਼ੁਰੂਆਤ ਰਿਵੀਜ਼ਨ ਆਫ ਲਾਸਟ ਕਲਾਸ ਸਭ ਤੋਂ ਪਹਿਲਾਂ ਤਾਂ ਪਿਛਲੀ ਕਲਾਸ ਦੀ ਰਿਵੀਜ਼ਨ ਕਰਦੇ ਆਂ ਕੁਐਸਚਨ ਪੜੋ ਤੇ ਆਨਸਰ ਕਰੋ ਮੜ ਜਾ ਮੈਂ ਸਾਈਡ ਤੇ ਬੈਠ ਜਾਵਾਂ ਤਾਂ ਕਿ ਤੁਹਾਨੂੰ ਕੰਟੈਂਟ ਦੇਖਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹੈਨਾ ਕਲਰਕ ਦੀ ਕੁਆਲੀਫਿਕੇਸ਼ਨ ਹਰਵਿੰਦਰ ਉਹੀ ਹੋਊਗੀ ਬੱਚੇ ਨਾਰਮਲੀ ਗ੍ਰੈਜੂਏਸ਼ਨ ਤੇ ਕਰ ਦਿੰਦੇ ਆ ਇਹ ਸੋ ਮਿਊਜ਼ੀਅਮ ਜਿਹੜਾ ਹੈਗਾ ਸਾਡੇ ਕੋਲ ਪਤਾ ਸੀਗਾ ਲਖਨਪੁਰ ਦੇ ਵਿੱਚ ਮੈਂ ਦੱਸਿਆ ਸੀਗਾ ਸਾਨੂੰ ਦੇਖਣ ਨੂੰ ਮਿਲੂਗਾ ਨੈਸ਼ਨਲ ਲੈਵਲ ਦਾ ਆਪਾਂ ਪੜਿਆ ਵੀ ਸੀਗਾ ਪੰਜਾਬੀ ਲਿਟਰੇਚਰ ਦੇ ਪਾਇਨੀਅਰ ਕਿਹਨੂੰ ਮੰਨਿਆ ਜਾਂਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਆ ਸ਼ੇਖ ਫਰੀਦ ਜੀ ਨੂੰ ਮੰਨਿਆ ਜਾਂਦਾ ਪੂਰਨ ਭਗਤ ਬਿਲੋਂਗਸ ਟੂ ਕਿਹੜੇ ਰੀਜਨ ਤੋਂ ਬਿਲੋਂਗ ਕਰਦੇ ਸੀਗੇ ਸਰ ਸਿਆਲਕੋਟ ਤੋਂ ਬਿਲੋਂਗ ਕਰਦੇ ਸੀਗੇ ਇਹ ਵੀ ਆਪਾਂ ਪਿਛਲੀ ਕਲਾਸ ਚ ਪੜਿਆ ਹੈ ਉਸ ਤੋਂ ਬਾਅਦ ਚੰਡੀਗੜ੍ਹ ਦੇ ਪਹਿਲੇ ਪਲਾਨਰ ਕਿਹੜੇ ਸੀਗੇ ਮੈਂ ਤੁਹਾਡਾ ਡਾਊਟ ਵੀ ਕਲੀਅਰ ਕੀਤਾ ਸੀਗਾ ਕਿ ਜੇ ਉਹਨੇ ਫਰਸਟ ਪਲਾਨਰ ਪੁੱਛਿਆ ਤਾਂ ਕੀ ਆਨਸਰ ਆਊਗਾ ਜੇ ਉਹਨੇ ਵੈਸੇ ਪੁੱਛਿਆ ਕਿ ਚੰਡੀਗੜ੍ਹ ਨੂੰ ਡਿਜ਼ਾਈਨ ਕਿਸ ਨੇ ਕੀਤਾ ਸੀਗਾ ਉਹ ਆਊਗਾ ਸਾਡੇ ਕੋਲ ਲੀ ਕੋਰਬੂਜ਼ੀਅਰ ਬਟ ਅਕੋਰਡਿੰਗ ਟੂ ਕੁਐਸਚਨ ਤੁਹਾਡਾ ਆਨਸਰ ਜਿਹੜਾ ਉਹ ਆਉਣਾ ਚਾਹੀਦਾ ਆ ਕਿਹੜੀ ਰੀਵਰ ਨੂੰ ਅਸੀਂ ਸਿੰਗੀ ਖੰਬਾਈ ਦੇ ਨਾਲ ਜਾਣਦੇ ਅਸੀਂ ਦੇਖਿਆ ਸੀਗਾ ਸਰ ਇੰਡਸ ਰੀਵਰ ਨੂੰ ਜਾਣਦੇ ਆ ਕਿੱਥੋਂ ਸਟਾਰਟ ਹੁੰਦੀ ਆ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਪੂਰੀ ਡਿਟੇਲ ਆਪਾਂ ਇਹਦੀ ਪੜ੍ਹੀ ਸੀਗੀ ਸੀਐਮ ਜਦੋਂ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ ਸੀਗਾ ਸਰ ਗੁਰਨਾਮ ਸਿੰਘ ਸੀਗੇ ਮੈਨੂੰ ਇਹ ਜ਼ਰੂਰ ਦੱਸ ਦਿਓ ਕਿ ਕਿਹੜਾ ਆਰਟੀਕਲ ਯੂਜ਼ ਕੀਤਾ ਜਾਂਦਾ ਹੈ ਇਸ ਵਿਧਾਨ ਸਭਾ ਪਰਿਸ਼ਦ ਨੂੰ ਖਤਮ ਕਰਨ ਦੇ ਲਈ ਚਾਹੇ ਉਹ ਬਣਾਉਣਾ ਹੋਵੇ ਚਾਹੇ ਖਤਮ ਕਰਨਾ ਹੋਵੇ ਇਹਦੇ ਪਾਵਰ ਹੈ ਕਿਹਦੇ ਕੋਲ ਆ ਵਿਧਾਨ ਪਰਿਸ਼ਦ ਨੂੰ ਕਿਸੇ ਸਟੇਟ ਦੇ ਵਿੱਚ ਬਣਾਉਣਾ ਜਾਂ ਉਹਨੂੰ ਖਤਮ ਕਰਨ ਦੀ ਪਾਵਰ ਕਿਹਦੇ ਕੋਲ ਹੈ ਇੱਕ ਵਾਰ ਮੈਨੂੰ ਕਮੈਂਟ ਬਾਕਸ ਜਰੂਰ ਦੱਸਿਓ 169 ਮਤਲਬ 169 ਨੰਬਰ ਆਰਟੀਕਲ ਆ ਇਹ ਪਾਰ ਜਿਹੜੀ ਪਾਵਰ ਹੈਗੇ ਪਾਰਲੀਮੈਂਟ ਦੇ ਕੋਲ ਸਾਡੇ ਕੋਲ ਹੈ ਪਖੜਾ ਡੈਮ ਸਾਨੂੰ ਸਤਲੁਜ ਦਰਿਆ ਉੱਤੇ ਦੇਖਣ ਨੂੰ ਮਿਲਦਾ ਦੀ ਆਪਾਂ ਡਿਟੇਲ ਵੀ ਪੜ੍ਹੀ ਸੀਗੀ ਐਸਜੀਪੀਸੀ ਕਦੋਂ ਸਟੈਬਲਿਸ਼ ਕੀਤੀ ਗਈ ਸੀ ਸਰ 15 ਨਵੰਬਰ 15 15 ਨਵੰਬਰ 1920 ਨੂੰ 22 12 ਦਸੰਬਰ 1920 ਨੂੰ ਇਹਦੀ ਪਹਿਲੀ ਮੀਟਿੰਗ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਇਹ ਵੀ ਦੇਖਿਆ ਸੀਗਾ ਵੀ ਅਪ੍ਰੈਲ 30 1931 ਨੂੰ ਰਜਿਸਟਰ ਕੀਤਾ ਗਿਆ ਸੀਗਾ ਸੋ ਇਹਦੀ ਪੂਰੀ ਡਿਟੇਲ ਹੋ ਗਈ ਆ 1931 ਦੇ ਵਿੱਚ ਭਗ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਕਿੰਨੀ ਤਰੀਕ ਨੂੰ ਕਹਿੰਦੇ ਫਾਂਸੀ ਦਿੱਤੀ ਗਈ ਸੀਗੀ 23 ਮਾਰਚ ਨੂੰ ਹਾਲਾਂਕਿ ਇਹ ਦਿਨ 24 ਮਾਰਚ ਡਿਸਾਈਡ ਕੀਤਾ ਗਿਆ ਸੀਗਾ ਲੇਕਿਨ ਲੇਕਿਨ 11 ਘੰਟੇ ਪਹਿਲਾਂ ਹੀ ਜੋ ਡਿਸਾਈਡਡ ਸਮਾਂ ਸੀਗਾ ਉਦੋਂ ਪਹਿਲਾਂ ਹੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਪੂਰੇ ਭਾਰਤ ਦਾ ਜੋ ਇੰਡੀਅਨ ਗਵਰਨਮੈਂਟ ਦੇ ਕੋਲੇ ਰਿਜ਼ਰਵ ਪਿਆ ਆ ਸੈਂਟਰਲ ਪੂਲ ਪਿਆ ਆ ਉਹਦੇ ਵਿੱਚੋਂ ਚੌਲ 21% ਤੇ ਕਣਕ 31% ਦਿੰਦਾ ਜੀ ਤਾਂ ਹੀ ਕਿਸਾਨ ਫਿਰ ਧਰਨਾ ਦਿੰਦੇ ਨੇ ਪੰਜਾਬ ਵਾਲੇ ਬਾਕੀਆਂ ਨੂੰ ਦਿੱਕਤ ਕੀ ਹੋਣੀ ਆ ਬਾਕੀ ਦਾ 80 ਕਰੋੜ ਨੂੰ ਫ੍ਰੀ ਮਿਲਦਾ ਆ ਪੈਦਾ ਕਰਨ ਵਾਲਿਆਂ ਨੂੰ ਦਿੱਕਤ ਹੋਣੀ ਆ ਖਾਣ ਵਾਲਿਆਂ ਨੂੰ ਕਾਦੀ ਦਿੱਕਤ ਹੋਣੀ ਫ੍ਰੀ ਸੋ ਇਸ ਕਰਕੇ ਪੰਜਾਬ ਵਾਲਿਆਂ ਨੂੰ ਦਿੱਕਤ ਹੁੰਦੀ ਆ ਤਾਂ ਹੀ ਪੰਜਾਬ ਵਾਲੇ ਧਰਨੇ ਦਿੰਦੇ ਆ ਦੱਸ ਦਿਓ ਜੇ ਕੋਈ ਪੁੱਛੂਗਾ ਜਿਹੜੇ ਕਹਿੰਦੇ ਹੁੰਦੇ ਆ ਨਾ ਸੋ ਆਪ ਡਾਟਾ ਦਿਖਾ ਦਿਓ ਤੇ ਫੈਕਟ ਦੱਸ ਦਿਓ ਨਾਲ ਵੀ ਜਿਹਨਾਂ ਨੇ ਫ੍ਰੀ ਖਾਣਾ ਉਹਨਾਂ ਨੂੰ ਦਿੱਕਤ ਨਹੀਂ ਹੋਣੀ ਜਦੋਂ ਪੈਦਾ ਕਰਨਾ ਪੈਂਦਾ ਨਾ ਉਦੋਂ ਦਿੱਕਤ ਹੁੰਦੀ ਆ ਇੰਡੀਆ ਸਭ ਤੋਂ ਲੰਬਾ ਬਾਰਡਰ ਕਿਹੜੀ ਕੰਟਰੀ ਨਾਲ ਸ਼ੇਅਰ ਕਰਦਾ ਆ ਸਰ ਬੰਗਲਾਦੇਸ਼ ਦੇ ਨਾਲ ਮੈਨੂੰ ਜ਼ਰੂਰ ਇੱਥੇ ਮੈਂਸ਼ਨ ਕਰਕੇ ਦੱਸੋ ਕਿ ਦੂਜੇ ਨੰਬਰ ਤੇ ਕਿਹੜੀ ਕੰਟਰੀ ਆਉਂਦੀ ਆ ਤੀਜੇ ਨੰਬਰ ਤੇ ਕਿਹੜੀ ਕੰਟਰੀ ਆਉਂਦੀ ਆ ਚੌਥੇ ਨੰਬਰ ਤੇ ਕਿਹੜੀ ਕੰਟਰੀ ਆਉਂਦੀ ਆ ਪੰਜਵੇਂ ਨੰਬਰ ਤੇ ਕਿਹੜੀ ਕੰਟਰੀ ਆਉਂਦੀ ਆ ਛੇਵੇਂ ਤੇ ਸੱਤਵੇਂ ਨੰਬਰ ਤੇ ਕਿਹੜੀ ਕੰਟਰੀ ਆਉਂਦੀ ਆ ਸੋ ਪਹਿਲੇ ਨੰਬਰ ਤੇ ਬੰਗਲਾਦੇਸ਼ ਦੂਜੇ ਨੰਬਰ ਤੇ ਚੀਨ ਤੀਜੇ ਨੰਬਰ ਤੇ ਪਾਕਿਸਤਾਨ ਚੌਥੇ ਨੰਬਰ ਤੇ ਨੇਪਾਲ ਪੰਜਵੇਂ ਨੰਬਰ ਤੇ ਮਿਆਂਮਾਰ ਛੇਵੇਂ ਨੰਬਰ ਤੇ ਭੂਟਾਨ ਤੇ ਸੱਤਵੇਂ ਨੰਬਰ ਤੇ ਅਫ ਕੌਣ ਸੀਗਾ ਰੂਲਰ ਦੌਲਤ ਖਾਂ ਲੋਧੀ ਸੀਗਾ ਜੀ ਅ ਮੀਐਸਪੀ ਕਿੰਨੀਆਂ ਫਸਲਾਂ ਤੇ ਆ ਮੈਂ ਦੱਸਿਆ ਸੀਗਾ 23 ਫਸਲਾਂ ਤੇ ਆ ਉਹਨਾਂ ਵਿੱਚੋਂ 22 ਦੇ ਉੱਤੇ ਐਮਐਸਪੀ ਆ ਤੇ 23ਵੇਂ ਦੇ ਉੱਤੇ ਸਾਨੂੰ ਪਤਾ ਸੀਗਾ ਐਫਆਰਪੀ ਜਿਹੜਾ ਸਿਸਟਮ ਉਹ ਚੱਲਦਾ ਆ ਔਰ ਸ਼ਾਹ ਹੁਸੈਨ ਜੀ ਦਾ ਜਨਮ ਲਾਹੌਰ ਵਿੱਚ ਹੋਇਆ ਸੀਗਾ ਇਹ ਆਪਾਂ ਪੜਿਆ ਵੀ ਸੀਗਾ ਡਿਟੇਲ ਦੇ ਵਿੱਚ ਦੇਖਿਆ ਸੀਗਾ ਟ੍ਰੋਪਿਕ ਆਫ ਕੈਂਸਰ ਕਿਹੜੀਆਂ-ਕਿਹੜੀਆਂ ਸਟੇਟਾਂ ਥਾਣੀ ਪਾਸ ਹੁੰਦੀ ਆ ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿਹੜੀਆਂ-ਕਿਹੜੀਆਂ ਸਟੇਟਾਂ ਨੇ ਉਹ 8 ਸਟੇਟਾਂ ਨੇ ਐਂਡ ਇੱਥੇ ਸਿਰਫ 7 ਦਿੱਤੀਆਂ ਗਈਆਂ ਸੀਗੀਆਂ ਇੱਕ ਨਹੀਂ ਸੀ ਦਿੱਤੀ ਗਈ ਉਹਦਾ ਨਾਮ ਵੀ ਮੈਂ ਤੁਹਾਨੂੰ ਐਕਸਟਰਾ ਦੱਸ ਦਿੰਦਾ ਸੀਗਾ ਉਹ ਸੀਗੀ ਗੁਜਰਾਤ ਜਿਹੜੀ ਇੱਥੇ ਮੈਂਸ਼ਨ ਨਹੀਂ ਕੀਤੀ ਗਈ ਹੈ ਕਾਮਾਗਾਟਾ ਮਾਰੂ ਦੀ ਗੱਲ ਕਰੀਏ ਤਾਂ ਕਹਿੰਦੇ ਇਹ ਕਿੱਥੋਂ ਸਟਾਰਟ ਹੋਇਆ ਸੀਗਾ ਹਾਂਗਕਾਂਗ ਤੋਂ ਕਾਮਾਗਾਟਾ ਮਾਰੂ ਜਹਾਜ਼ ਗੁਰਦੇਵਤ ਸਿੰਘ ਜੀ ਨੇ ਲਿਆ ਸੀਗਾ ਐਂਡ 376 ਦੇ ਵਿੱਚ ਮੈਂਬਰ ਸੀਗੇ ਟੋਟਲ ਤੁਸੀਂ ਦਾਸ ਜੀ ਦਾ ਜਨਮ ਕਦੋਂ ਹੋਇਆ ਸੀਗਾ ਮਿਡ ਆਫ ਦਾ 16th ਸੈਂਚਰੀ 16ਵੀਂ ਸਦੀ ਦੇ ਮਿਡ ਦੇ ਵਿੱਚ ਕਹਿੰਦੇ ਇਹ ਹੋਇਆ ਸੀਗਾ 17ਵੀਂ ਸਦੀ ਦੇ ਮੈਡ ਦੇ ਵਿੱਚ ਜਾਂ 17ਵੀਂ ਸਦੀ ਦੀ ਪਹਿਲੀ ਤਿਹਾਈ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਗਏ ਸਗੇ ਇਹ ਸਾਡੇ ਕੋਲ ਡਾਟਾ ਹੈ ਅ ਬੈਟਲ ਆਫ ਨਾਦੌਨ ਕਿਹੜੀ ਨਦੀ ਦੇ ਕਿਨਾਰੇ ਉੱਤੇ ਲੜੀ ਗਈ ਸੀ ਸਰੇ ਬਿਆਸ ਨਦੀ ਦੇ ਕਿਨਾਰੇ ਉੱਤੇ ਲੜੀ ਗਈ ਸੀ ਤੇ ਸਨ 1690 ਦੀ ਗੱਲ ਹੈ ਜਦੋਂ ਇਹ ਲੜਾਈ ਲੜੀ ਗਈ ਸੀ ਦੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 30 ਮਾਰਚ 1699 ਨੂੰ ਕੀਤੀ ਸੀਗੀ ਪੰਜ ਪਿਆਰਿਆਂ ਨੂੰ ਅਮਰ ਸ਼ਿਕਾਇਆ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਪੰਜ ਪਿਆਰਿਆਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਅਮਰਤ ਛਕਿਆ ਸੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ ਅੱਜ ਮੈਨੂੰ ਦੱਸੋ ਵੀ ਉਹ ਕਿਹੜੇ ਗੁਰੂ ਸਹਿਬਾਨ ਨੇ ਜਿਨ੍ਹਾਂ ਦਾ ਮਤਲਬ ਜਿਹੜਾ ਉਹਨਾਂ ਨੇ ਸ਼ਹਿਰ ਵਸਾਇਆ ਉੱਥੇ ਜੋਤੀ ਜੋਤ ਨਹੀਂ ਸਮਾਏ ਜਿਹੜਾ ਉਹਨਾਂ ਨੇ ਸ਼ਹਿਰ ਵਸਾਇਆ ਉੱਥੇ ਜੋਤੀ ਜੋਤ ਨਹੀਂ ਸਮਾਏ ਪਹਿਲਾ ਕੁਐਸਚਨ ਦੂਜੇ ਨੰਬਰ ਤੇ ਉਹ ਕਿਹੜੇ ਗੁਰੂ ਸਹਿਬਾਨ ਨੇ ਜਿਨ੍ਹਾਂ ਦਾ ਜਨਮ ਸਥਾਨ ਤੇ ਜੋਤੀ ਜੋਤ ਸਮਾਨ ਸਥਾਨ ਜਿਹੜਾ ਹੈਗਾ ਉਹ ਸੇਮ ਹੈ ਜੀ ਸ਼ਾਬਾਸ਼ ਇਹ ਦੋ ਕੁਐਸਚਨ ਦਾ ਆਨਸਰ ਕਰੋ ਤੇ ਪਹਿਲਾਂ ਇਹਨਾਂ ਦਾ ਆਨਸਰ ਕਰੋ ਜੀ ਕਹਿੰਦੇ ਉਹ ਗੁਰੂ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਸ਼ਹਿਰ ਗੁਰ ਰਾਮਦਾਸਪੁਰਬ ਸਾਇਆ ਸੀਗਾ ਲੇਕਿਨ ਉਹ ਜੋਤੀ ਜੋਤ ਗੋਇੰਦਵਾਲ ਸਾਹਿਬ ਵਿਖੇ ਸਮਾਇ ਸੀਗੇ ਤੇ ਸੱਤਵੇਂ ਗੁਰੂ ਗੁਰੂ ਹਰ राय ਜੀ ਜਿਨ੍ਹਾਂ ਦਾ ਜਨਮ ਕੀਰਤਪੁਰ ਸਾਹਿਬ ਦੇ ਵਿੱਚ ਹੋਇਆ ਸੀਗਾ ਤੇ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਸਮਾਇਏ ਸੀਗੇ ਇਹ ਦੋ ਗੁਰੂ ਸਹਬਾਨਾਂ ਦੇ ਬਾਰੇ ਮੈਂ ਦੱਸ ਦਿੱਤਾ ਆ ਸੋ ਆਈ ਹੋਪ ਹੁਣ ਤੁਹਾਨੂੰ ਯਾਦ ਆ ਗਿਆ ਹੋਊਗਾ ਨਹੀਂ ਯਾਦ ਹੋਊਗਾ ਤਾਂ ਨੋਟਸ ਜ਼ਰੂਰ ਕਰ ਲਿਓ ਕੱਲ ਆਪਾਂ ਪੜਿਆ ਸੀਗਾ ਚੇਚਕ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਿਹੜੀ ਅੱਖ ਦੀ ਨਿਗਾ ਗਈ ਸੀ ਸੋ ਬਹੁਤ ਹੀ ਬੇਸਿਕ ਜਿਹਾ ਸਵਾਲ ਆ ਤੇ ਪੇਪਰ 'ਚ ਵੀ ਆ ਸਕਦਾ ਸਰਖੱਬੀ ਅੱਖ ਦੀ ਨਿਗਾ ਜਿਹੜੀ ਉਹ ਗਈ ਸੀਗੀ অপਸ਼ਨ ਨੰਬਰ A ਇਸ ਦਾ ਕਰੈਕਟ ਐਂਡ ਕਰੈਕਟ ਆਨਸਰ ਵਿਜੇ ਸਿੰਘ ਕਿਨਾਂ ਦੁਆਰਾ ਲਿਖੀ ਗਈ ਰਚਨਾ ਹੈ ਭਾਈ ਵੀਰ ਸਿੰਘ ਜੀ ਦੁਆਰਾ ਖੁਸ਼ਵੰਤ ਸਿੰਘ ਜੀ ਸ਼ਿਵ ਕੁਮਾਰ ਬਟਾਲਵੀ ਜਾਂ ਫਿਰ ਨਾਨਕ ਜੀ ਨਾਨਕ ਸਿੰਘ ਸੌਰੀ ਸੋ ਇਹ ਲਿਖੀ ਗਈ ਸੀਗੀ ਭਾਈ ਵੀਰ ਸਿੰਘ ਜੀ ਦੁਆਰਾ ਤੇ ਇਸ ਤਰੀਕੇ ਨਾਲ ਅਸੀਂ ਜਿਹੜੇ ਕੱਲ ਕੁਐਸਚਨ ਪੜੇ ਸੀਗੇ ਉਹ ਮੈਂ ਪੜ ਲਏ ਨੇ ਤੇ 22 ਕੁਐਸਚਨ ਟੋਟਲ ਹੋਏ ਨੇ ਸੋ 22ਾਂ ਵਿੱਚੋਂ ਕਿੰਨੇ ਸਹੀ ਹੋ ਗਏ ਇੱਕ ਵਾਰ ਜ਼ਰੂਰ ਦੱਸ ਦਿਓ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਲਾਈਕ ਜ਼ਰੂਰ ਕਰ ਦਿਓ ਸ਼ਾਬਾਸ਼ ਦੱਸੋ 22ਾਂ ਵਿੱਚੋਂ ਕਿੰਨੇ ਠੀਕ ਹੋ ਗਏ ਨੇ 22 ਆਊਟ ਆਫ 22 ਕਿੰਨੇ ਸਹੀ ਨੇ ਜੀ ਦੱਸੋ ਸ਼ਾਬਾਸ਼ 22 ਦੇ 22 ਸਹੀ ਆ 올 ਕਰੈਕਟ no ਆਈਡੀਆ ਸਰ ਕੰਦੇ 20 ਸਹੀ ਨੇ 1 ਰੁਪਇਆ ਸ ਇੱਕ ਗਲਤ ਆ 올 ਕਰੈਕਟ ਆ 19 ਸਹੀ 21 ਸਹੀ 0 ਗਲਤ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਬਹੁਤ ਅੱਛਾ ਚਲੋ ਜੀ ਹੁਣ ਚੱਲਦੇ ਆਪਾਂ ਅੱਜ ਦੇ ਕੁਐਸਚਨਸ ਦੇ ਉੱਤੇ ਸੋ ਅੱਜ ਦੇ ਕੁਐਸਚਨ ਵੀ ਇਦੀ ਘੈਂਟ ਘੈਂਟ ਨੇ ਪਹਿਲਾ ਕੁਐਸਚਨ ਹੈ ਕਿ ਸਾਡੇ ਕੋਲੇ ਪੰਜਾ ਸਾਹਿਬ ਜਿਹੜਾ ਹੈਗਾ ਉਹ ਕਿੱਥੇ ਸਥਿਤ ਹੈ ਪਸ਼ਾਵਰ ਦੇ ਵਿੱਚ 라ਵਲਪਿੰਡੀ ਲਾਹੌਰ ਜਾਂਫਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਕੁਝ ਇੰਪੋਰਟੈਂਟ ਗੱਲਾਂ ਦੱਸੂਗਾ ਅੱਜ ਇਸ ਕੁਐਸਚਨ ਦੇ ਰਿਲੇਟਡ ਜਾਂ ਫਿਰ ਹੋਰ ਗੁਰਦੁਆਰਿਆਂ ਦੇ ਸਬੰਧਿਤ ਬੜੇ ਹੀ ਇੰਪੋਰਟੈਂਟ ਫੈਕਟ ਹੋਣਗੇ ਜਿਹੜੇ ਸਾਡੇ ਪੇਪਰ ਦੇ ਵਿੱਚ ਹੈਲਪ ਕਰਨਗੇ ਸੋ ਇਹ ਬੀ ਸੀ ਡੀ ਚਾਰ ਆਪਸ਼ਨ ਨੇ ਜ਼ਰੂਰ ਦੱਸੋ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਕਿਹੜਾ ਸਹੀ ਹੋਊਗਾ ਪੰਜਾ ਸਾਹਿਬ ਇਸ ਸਿਚੁਏਟਿਡ ਐਟ ਕਿੱਥੇ ਸਿਚੁਏਟਿਡ ਹੈ ਪੰਜਾ ਸਾਹਿਬ ਸੋ ਆਨਸਰ ਕੀ ਆਜੂਗਾ ਸਾਡੇ ਕੋਲੇ ਰਾਵਲਪਿੰਡੀ ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਆਪਾਂ ਇੱਕ ਮੈਪ ਤੇ ਚੱਲਦੇ ਹਾਂ ਕਹਿੰਦੇ ਆ ਰਿਹਾ ਸਾਡੇ ਕੋਲੇ ਮੈਪ ਸੋ ਪੰਜਾ ਸਾਹਿਬ ਨੂੰ ਅਸੀਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ ਪਹਿਲਾ ਪੁਆਇੰਟ ਹਸਨ ਅਬਦਲ ਇਸਲਾਮਾਬਾਦ ਦੇ ਕੋਲ 라ਵਲਪਿੰਡੀ ਵਾਲਾ ਏਰੀਆ ਸਾਨੂੰ ਪੈ ਜਾਂਦਾ ਆ ਉਦੋਂ ਵਾ ਦੂਜਾ ਗੁਰੂ ਘਰ ਪਾਕਿਸਤਾਨ ਦੇ ਵਿੱਚ ਬਹੁਤ ਫੇਮਸ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਰਾਇਪੋਇ ਗੀਤਲਵੰਡੀ ਜੋ ਕਿ ਲਾਹੌਰ ਦੇ ਨੇੜੇ ਆ ਦੂਜਾ ਪੁਆਇੰਟ ਸੀ ਇਹ ਯਾਦ ਕਰਨਾ ਐਂਡ ਇੱਕ ਸਾਡੇ ਕੋਲੇ ਬੋਲੀ ਸਾਹਿਬ ਆ ਬੋਲੀ ਸਾਹਿਬ ਦੇਖਦੇ ਨੇ ਕਿ ਬੋਲੀ ਸਾਹਿਬ ਦੀ ਜਿਹੜੀ ਉਹ ਰਚਨਾ ਕਿੱਥੇ ਕਰਾਈ ਗਈ ਇੱਕ ਤਾਂ ਬੋਲੀ ਸਾਹਿਬ ਸਾਡੇ ਕੋਲ ਗੋਇੰਦਵਾਲ ਸਾਹਿਬ ਦੇ ਵਿੱਚ ਤੇ ਇੱਕ ਬੋਲੀ ਸਾਹਿਬ ਸਾਡੇ ਕੋਲੇ ਲਾਹੌਰ ਦੇ ਵਿੱਚ ਵੀ ਸਥਿਤ ਹੈ ਜਿਹੜੀ ਬੋਲੀ ਸਾਹਿਬ ਲਾਹੌਰ ਦੇ ਵਿੱਚ ਸਥਿਤ ਹੈ ਉਦੀ ਰਚਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੁਆਰਾ ਕਰਾਈ ਗਈ ਸੀਗੇ ਇੱਕ ਇੰਪੋਰਟੈਂਟ ਫੈਕਟ ਹੈ ਨੋਟ ਕਰ ਲਿਓ ਜੀ ਠੀਕ ਹੈ ਚਲਿਏ ਸੋਸ ਤੋਂ ਬਾਅਦ ਸਾਨੂੰ ਪਤਾ ਆ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਵਿੱਚ ਆ ਤੇ ਕਰਤਾਰਪੁਰ ਸਾਹਿਬ ਜਿਹੜਾ ਹੈ ਇਹ ਵੀ ਪਾਕਿਸਤਾਨ ਦੇ ਵਿੱਚ ਹੈ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਜੋਤੀ ਜੋਤ ਸਮਾਏ ਸੀਗੇ ਸੋ ਇਹ ਉਹ ਵਾਲਾ ਪੁਆਇੰਟ ਹੈ ਜੀ ਚਲੋ ਅਗਲੇ ਕੁਐਸਚਨ ਤੇ ਚੱਲਦੇ ਆ ਹੂ ਵਾਸ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਡੂਰਿੰਗ ਦਾ ਕਾਮਾਗਾਟਾ ਮਾਰੂ ਇਨਸੀਡੈਂਟ ਕਹਿੰਦੇ ਜਦੋਂ ਕਾਮਾਗਾਟਾ ਮਾਰੂ ਦਾ ਇਨਸੀਡੈਂਟ ਹੋਇਆ ਸੀਗਾ ਉਸ ਸਮੇਂ ਕੈਨੇਡਾ ਦਾ ਪ੍ਰਧਾਨ ਮੰਤਰੀ ਕੌਣ ਸੀਗਾ ਬੜਾ ਹੀ ਸ਼ਾਨਦਾਰ ਕੁਐਸਚਨ ਆਈ ਹੋਪ ਤੁਹਾਨੂੰ ਕਿਸੇ ਨੂੰ ਵੀ ਨਹੀਂ ਆਉਂਦਾ ਹੋਊਗਾ ਸੋ ਅੱਜ ਦੇਖੋ ਕਿੰਨਾ ਘੈਂਟ ਕੁਐਸਚਨ ਅਸੀਂ ਦੇਖਣ ਲੱਗੇ ਆ ਹੁਣ ਜਦੋਂ ਐਗਜ਼ਾਮੀਨਰ ਇਦਾਂ ਦਾ ਵੀ ਕੁਐਸਚਨ ਪਾ ਲਵੇ ਤਾਂ ਵੀ ਪਾਵੇ ਸਾਨੂੰ ਕਾਮਾਗਾਟਾ ਮਾਰੂ ਵੇ ਇਹ ਪਤਾ ਕਿ ਇਹ ਘਟਨਾ ਹੋਈ ਕਦੋਂ ਸੀਗੀ ਦੱਸੋ ਮੈਨੂੰ ਸਰ 1914 ਵਿੱਚ ਹੋਈ ਸੀਗੀ ਕੌਣ ਸੀਗਾ ਉਸ ਸਮੇਂ ਕਹਿੰਦੇ ਜਾਪਾਨ ਦਾ ਜਹਾਜ਼ ਸੀਗਾ ਕਾਮਾਗਾਟਾ ਮਾਰੂ ਹਾਂਗਕਾਂਗ ਤੋਂ ਨੂੰ ਲੈ ਕੇ ਗਏ ਸੀਗੇ ਬਾਬਾ ਗੁਰਦੇਵਤ ਸਿੰਘ ਜੀ ਇਹਦੇ ਵਿੱਚ 376 ਸਾਡੇ ਕੋਲੇ ਕੀ ਸੀਗੇ ਜੀ ਟੋਟਲ ਬੰਦੇ ਸੀਗੇ 340 ਸਿੱਖ ਸੀਗੇ 24 ਹਿੰਦੂ ਸੀਗੇ ਤੇ 12 ਮੁਸਲਮਾਨ ਸੀਗੇ ਠੀਕ ਹੈ ਸੋ ਉਸ ਤੋਂ ਬਾਅਦ ਕਹਿੰਦੇ ਇਹ ਵੈਨਕੂਰ ਆਈਲੈਂਡ ਤੇ ਪਹੁੰਚਾ ਸੀਗਾ ਪੈਸੀਫਿਕ ਓਸ਼ਨ ਥਾਣੀ ਹੁੰਦੇ ਹੋ ਜਦੋਂ ਵੈਨਕੂਰ ਪਹੁੰਚਾ ਉੱਥੋਂ ਉਹਨਾਂ ਦੀ ਸਰਕਾਰ ਨੇ ਵਾਪਸ ਭੇਜ ਦਿੱਤਾ ਤਾਂ ਉਸ ਸਮੇਂ ਕਹਿੰਦੇ ਆਰਡਰ ਵਾਪਸ ਜਾਣ ਦੇ ਕਿਹੜੇ ਪ੍ਰਧਾਨ ਮੰਤਰੀ ਨੇ ਦਿੱਤੇ ਸੀਗੇ ਸੋ ਇਹਨਾਂ ਵਿੱਚੋਂ ਕਿਹੜਾ ਪ੍ਰਧਾਨ ਮੰਤਰੀ ਸੀਗਾ ਜੌਨ ਮਾਸ ਸੀਗਾ ਜਿਮੀ ਰੌਬਰਟ ਸੀਗਾ ਜੌਨ ਐਬੋਟ ਜਾਂ ਫਿਰ ਰੌਬਰਟ ਬੈਰਨ ਸੀਗਾ ਹਾਂ ਵੀ ਦੱਸੋ ਤੁੱਕਾ ਤੱਕੇ ਲਾ ਦਿਓ ਜਿਹਨੇ ਲਾਉਣਾ ਆ ਹਾਂ ਵੀ ਤੁੱਕਾ ਹਿਲਾ ਦਿਓ ਆਨਸਰ ਕੀ ਆ ਗਿਆ ਜੀ অপਸ਼ਨ ਨੰਬਰ ਡੀ ਰੋਬਰਟ ਬੈਰੋਂ ਸੱਚੀ ਦੱਸੋ ਕਿਹਨੂ-ਕਿਹਨੂ ਆਉਂਦਾ ਸੀ ਇਹ ਕੁਐਸਚਨ ਕਿਹਨੂ-ਕਿਹਨੂ ਇਹ ਕੁਐਸਚਨ ਆਉਂਦਾ ਸੀਗਾ ਕਿਸੇ ਨੂੰ ਨਹੀਂ ਆਉਂਦਾ ਇਸੇ ਕਰਕੇ ਇੱਕ ਵਾਰ ਲਾਈਕ ਕਰ ਦਿਓ ਤੇ ਯੈਸ ਸਰ ਲਿਖ ਦਿਓ ਦੁਬਾਰਾ ਹੁਣ ਆਨਸਰ ਕਰੋ অপਸ਼ਨ ਨੰਬਰ ਡੀ ਬਹੁਤ ਨਵੀਂ ਚੀਜ਼ ਆ ਜਿਹੜੀ ਸ਼ਾਇਦ ਤੁਹਾਨੂੰ ਨਹੀਂ ਸੀ ਪਹਿਲਾਂ ਪਤਾ ਅੱਜ ਤੁਹਾਨੂੰ ਪਤਾ ਲੱਗੀ ਐ ਤੇ ਕਈ ਵਾਰ ਨਾ ਇਹੇ ਕੁਐਸਚਨ ਹੀ ਪੇਪਰ 'ਚ ਆ ਜਾਂਦਾ ਹੁੰਦਾ ਆ ਜਿਕੇ ਲੋ ਕੁਝ ਨਮੀਆਂ ਚੀਜ਼ਾਂ ਹੀ ਸਾਨੂੰ ਪੇਪਰ ਦੇ ਵਿੱਚ ਕਈ ਵਾਰ ਹੈਲਪ ਕਰ ਜਾਂਦੀਆਂ ਨੇ ਸੋ ਇਹਨਾਂ ਵਿੱਚੋਂ ਇਹ ਕੁਐਸਚਨ ਹੋ ਸਕਦਾ ਆ ਰੋਬਰਟ ਬੈਰਨ ਅਗਲਾ ਕੁਐਸਚਨ ਅੰਡਰ ਰੋਲਰ ਐਟੈਕਟ ਜਦੋਂ ਕਹਿੰਦੇ ਰੋਲਰ ਐਟੈਕਟ ਜਿਹੜਾ ਸੀਗਾ ਉਹਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ ਸੋ ਉਸ ਸਮੇਂ ਪੰਜਾਬ ਦੇ ਦੋ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਵਿੱਚੋਂ ਇੱਕ ਕਿਹੜਾ ਸੀ ਇੱਕ ਕਿਹੜਾ ਸੀਗਾ ਤੇ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਰੋਲਰ ਐਟੈਕਟ ਜਿਹਨੂੰ ਅਸੀਂ ਕਾਲਾ ਕਾਨੂੰਨ ਵੀ ਕਹਿੰਦੇ ਆ ਕਦੋਂ ਪਾਸ ਕੀਤਾ ਗਿਆ ਸੀਗਾ ਕਦੋਂ ਪਾਸ ਕੀਤਾ ਗਿਆ ਸੀਗਾ ਸੋ ਇਦੋਂ ਬਾਅਦ ਫਿਰ 13 ਅਪ੍ਰੈਲ ਨੂੰ 1909 ਨੂੰ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਆ ਜਲਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਬਹੁਤ ਸਾਰੇ ਜਿਵੇਂ ਰਵਿੰਦਰ ਨਾਥ ਟੈਗੋਰ ਨੇ ਆਪਣਾ ਨਾਈਟ ਹood ਵਾਪਸ ਕਰ ਦਿੱਤਾ ਅ ਮਹਾਤਮਾ ਗਾਂਧੀ ਨੇ ਕੇਸਰੀ ਹਿੰਦ ਵਾਪਸ ਕਰ ਦਿੱਤਾ ਅ ਲਾਲਾ ਮੁਰਲੀਧਰ ਨੇ ਰਾਏ ਬਹਾਦਰ ਤੇ ਸਰਦਾਰੀ ਉਪਾਧੀ ਵਾਪਸ ਕਰ ਦਿੱਤੀ ਤੇ ਫਿਰ ਜਦੋਂ ਮਹਾਤਮਾ ਗਾਂਧੀ ਨੇ ਸੋਚਿਆ ਕਿ ਮੈਂ ਜਾਣਾ ਜਲਿਆਂਵਾਲਾ ਬਾਗ ਦੇ ਵਿੱਚ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਆਉਣ ਤੋਂ ਇਦਾਂ ਦੇ ਕੁਸ਼ਨ ਬਣ ਸਕਦੇ ਨੇ ਕਿ ਉਹਨਾਂ ਨੂੰ ਬੈਨ ਕੀਤਾ ਗਿਆ ਸੋ ਸੱਤਿਆਪਾਲ ਤੇ ਸੈਫੁਦੀਨ ਕਿਚਲੂ ਦਾ ਲੀਡਰ ਸੀਗਾ ਇੱਕ ਆਪਸ਼ਨ ਸਾਡੇ ਕੋਲ ਸੈਫੁਦੀਨ ਕਿਚਲੂ ਹੈਗਾ ਆ ਦੂਜਾ ਸੀਗਾ ਸੱਤੇਪਾਲ ਜਿਹੜੇ ਮੈਂ ਪੁਆਇੰਟ ਦੱਸਿਆ ਉਹ ਵੀ ਨੋਟ ਕਰ ਲਏ ਹੋਣਗੇ ਆਈ ਹੋਪ ਉਹ ਚੀਜ਼ਾਂ ਯਾਦ ਵੀ ਹੋਣਗੀਆਂ ਜਿਹੜੀ ਮੈਂ ਸਟੋਰੀ ਸੁਣਾਈ ਆ ਉਹ ਗੱਲਾਂ ਨਹੀਂ ਸੀਗੀਆਂ ਉਹ ਫੈਕਟ ਸੀਗੇ ਜਿਹੜੇ ਐਗਜ਼ਾਮੀਨਰ ਤੁਹਾਨੂੰ ਪੁੱਛ ਸਕਦਾ ਹੈ ਲਿਖੋ ਯਸਰ ਜੇ ਆ ਗਿਆ ਤਾਂ ਰੋਲਾ ਟੈਕਟ ਕਦੋਂ ਪਾਸ ਹੋਇਆ ਸੀ ਕਹਿੰਦਾ 14 ਅਕਤੂਬਰ ਉਹ ਭਰਾਵਾ ਉਦੋਂ ਪਹਿਲਾਂ ਦਾ ਘਟਨਾ ਹੋ ਗਈ ਸੀ ਜਲਿਆਂਵਾਲੇ ਬਾਗ ਦੀ ਸਹੀ ਦੱਸੋ ਰੋਲਾ ਟੈਕਟ ਕਦੋਂ ਪਾਸ ਹੋਇਆ ਸੀ 1919 ਨਹੀਂ ਸਹੀ ਡੇਟ ਸਹੀ ਡੇਟ ਕੀ ਆ ਰੋਲਾ ਟੈਕਟ ਦੇ ਪ کرایا ہوا ہے میں دوبارہ پوچھا پھر بھی غلط کر رہے ہو چلو کوئی چکر نہیں چھوٹے چھوٹے شہروں میں بڑی بڑی باتیں ہوتی رہتی ہیں اگلا کوسچن ਸਾਡੇ ਕੋਲੇ ویئر डू द वेस्टर्न एंड ایسٹرن گھاٹ میٹ پائی ਪੂਰਬੀ ਤੇ ਪੱਛਮੀ ਕਾਟ ਕਿੱਥੇ ਮਿਲਦੇ ਹਨ ਨੀਲਗਿਰੀ ਹਿਲਸ ਅ ਕਰੋਮੰਡਲ ਹਿਲਸ ਪਹਿਲਾਨੀ ਹਿਲਸ ਜਾਂ ਫਿਰ ਅਨਮలై ਹਿਲਸ ਇੱਥੇ ਆ ਕੇ ਮਿਲਦੇ ਨੇ ਈਸਟਰਨ ਤੇ ਵੈਸਟਰਨ ਗਾਰਡ ਹੁਣ ਬਹੁਤ ਸਾਰੇ ਬੱਚਿਆਂ ਨੂੰ ਈਸਟਰਨ ਤੇ ਵੈਸਟਰਨ ਗਾਰਡ ਨਹੀਂ ਪਤਾ ਹੋਣਗੇ ਲੇਕਿਨ ਇਹ ਇੰਨਾ ਕਿ ਬੇਸਿਕ ਕੁਐਸਚਨ ਆ ਨਾ ਇੰਨਾ ਕਿ ਬੇਸਿਕ ਕੁਐਸਚਨ ਆ ਐਗਜ਼ਾਮੀਨਰ ਕਦੇ ਵੀ ਪੁੱਛ ਸਕਦਾ ਪੇਪਰ ਦੇ ਵਿੱਚ ਹਾਂ ਵੀ ਕਰੋ ਸ਼ਾਬਾਸ਼ ਕੌਨਸਟੇਬਲ ਦੀ ਵੈਕੈਂਸੀ ਕਰਵਾਉਗੀ ਦੇਖੋ ਕੌਨਸਟੇਬਲ ਦੀ ਵੈਕੈਂਸੀ ਜਲਦੀ ਆ ਜੂਗੀ ਉਮੀਦ ਇਹੀ ਆ ਬਸ ਤੁਸੀਂ ਤਿਆਰੀ ਖਿੱਚ ਕੇ ਰੱਖੋ ਆਪਦੀ ਠੀਕ ਹੈ ਆਨਸਰ ਕੀ ਆ ਨੀਲ ਨੀਲਗਿਰੀ ਹਿਲਸ ਇੱਥੇ ਆ ਕੇ ਵੈਸਟਰਨ ਗਾਟ ਮਿਲਦੇ ਨੇ ਹੁਣ ਆਪਾਂ ਮੈਪ ਦੇਖਦੇ ਆਂ ਦੇਖੋ ਜੀ ਬੜਾ ਹੀ ਵਧੀਆ ਮੈਪ ਆ ਸੋ ਆ ਰਿਹਾ ਵੈਸਟਰਨ ਗਾਟ ਤੇ ਆ ਰਿਹਾ ਈਸਟਰਨ ਗਾਟ ਈਸਟਰਨ ਗਾਟ ਤੇ ਵੈਸਟਰਨ ਗਾਟ ਆ ਕੇ ਮਿਲਦੇ ਨੇ ਨੀਲਗਿਰੀ ਹਿਲਸ ਦੇ ਉੱਤੇ ਤੇ ਉਦੋਂ ਵੀ ਥੱਲੇ ਸਾਡੇ ਕੋਲ ਹੈਗਾ ਜੀ ਕੋਰੋਮੰਡਲ ਕੋਰੋਮੰਡਲ ਕੋ ਹਿਲਸ ਕੋਰੋਮੰਡਲ ਹਿਲਸ ਆਨ ਉਦੋਂ ਥੱਲੇ ਮਿਲਦੀ ਨੇ ਸੌਰੀ ਕਾਰਡਮਮ ਹਿਲਸ ਨਾਟ ਕੋਰੋਮੰਡਲ ਕਾਰਡਮਮ ਹਿਲਸ ਕਾਰਡਮਮ ਮਾਈ ਮਿਸਟੇਕ ਗਾਰਡਮਮ ਹिल्स ਜਿਹੜੇ ਉਦੋਂ ਥੱਲੇ ਮਿਲਦੇ ਨੇ ਸੋ ਨੀਲਗਿਰੀ ਹिल्स ਆ ਰਹੀਆਂ ਜਿੱਥੇ ਈਸਟਰਨ ਤੇ ਵੈਸਟਰਨ ਗਾਰਡ ਮਿਲਦੀਆਂ ਨੇ ਇੱਥੇ ਸਾਡੇ ਕੋਲੇ ਨੈਸ਼ਨਲ ਪਾਰਕ ਵੀ ਹੈਗਾ ਆ ਵਾਈਲਡ ਲਾਈਫ ਸੈਂਚਰੀ ਵਗੈਰਾ ਇਹ ਹੈ ਹੀ ਨੇ ਬਹੁਤ ਇੰਪੋਰਟੈਂਟ ਏਰੀਆ ਨੀਲਗਿਰੀ ਹिल्स ਹੈ ਬੜੀ ਵੱੜਾ ਐਗਜ਼ਾਮੀਨਰ ਦਾ ਫੇਵਰਟ ਟੌਪਿਕ ਆ ਸੋ ਕਈ ਵਾਰ ਇਹ ਪੁੱਛਦਾ ਹੁੰਦਾ ਐਗਜ਼ਾਮੀਨਰ ਕਿ ਨੀਲਗਿਰੀ ਹिल्स ਕਿੱਥੇ ਪਾਏ ਜਾਂਦੇ ਨੇ ਕਿੱਥੇ ਸਾਰੇ ਸਾਡੇ ਕੋਲੇ ਕੇਰਲਾ ਤਾਮਿਲਨਾਡੂ ਕਰਨਾਟਕਾ ਦਾ ਜਿੱਥੇ ਟਰਾਈਐਂਗਲ ਜਿਹਾ ਬਣਦਾ ਨਾ ਉੱਥੇ ਆ ਕੇ ਇਹ ਪਾਏ ਜਾਂਦੇ ਨੇ ਸੋ ਇਸ ਏਰੀਆ ਦਾ ਵੀ ਨਾਮ ਯਾਦ ਰ ਆਰਿਆ আরাਵਲੀ ਸਾਨੂੰ আরাਵਲੀ ਦਾ ਪਤਾ ਹੋਵੇ ਆਰਿਆ ਵਿੰਦਿਆਜ਼ ਆਰਿਆ ਸਤਪੁਰਾ ਸੋ ਇਹ ਸਾਰੀਆਂ ਪਹਾੜੀਆਂ ਛੋਟਾ ਨਾਗਪੁਰ ਪਲੇਟੂ ਹੋ ਗਿਆ ਗਾਰੋ ਖਾਸੀ ਜਨਤਾ ਹੋ ਗਿਆ ਸੋ ਇਹਨਾਂ ਪਹਾੜੀਆਂ ਦੇ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਦੱਸੋ ਜੀ ਕਿਹਨੂ ਕਿਹਨੂ ਪਤਾ ਹੈ ਇਹਨਾਂ ਬਾਰੇ ਪੀਐਸਰ ਲਿਖੋ ਜੀ ਇਹਨਾਂ ਪਹਾੜੀਆਂ ਦੇ ਨਾਮ ਪਤਾ ਨੇ ਤਾਂ ਯੈਸਰ ਜ਼ਰੂਰ ਲਿਖ ਦਿਓ ਜੀ ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਵਟ ਵਾਸ ਦਾ ਮੇਨ ਸੈਂਟਰ ਆਫ ਦਲ ਖਾਲਸਾ ਦਲ ਖਾਲਸਾ ਦਾ ਮੁੱਖ ਕੇਂਦਰ ਕਿਹੜਾ ਸੀ ਪਿੱਛੇ ਜੇ 3-4-5 ਦਿਨਾਂ ਦੀ ਗੱਲ ਆ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋ ਕੇ ਹਟਿਆ ਦਲ ਖਾਲਸਾ ਦੇ ਚੀਫ ਦਲ ਖਾਲਸਾ ਸੌਰੀ ਨਾ ਚੀਫ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋ ਕੇ ਹਟਿਆ ਜਿਆਕਿ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਉਹਨਾਂ ਨੂੰ ਸੋ ਇਸ ਕਰਕੇ ਨਿਊਜ਼ ਦੇ ਵਿੱਚ ਵੀ ਹੈਗਾ ਤੇ ਦਲ ਖਾਲਸਾ ਕਿਹੜਾ ਆ ਦੱਸੋ ਇਹ ਦਲ ਖਾਲਸਾ ਕਿਹੜਾ ਆ ਯਾਦਾ ਦਲ ਖਾਲਸਾ ਬਣਾਇਆ ਕਦੋਂ ਗਿਆ ਸੀਗਾ ਅੰਮ੍ਰਿਤਸਰ ਸਾਹਿਬ ਵੇਰੀ ਗੁੱਡ অপਸ਼ਨ ਨੰਬਰ B ਇਸ ਦਾ ਕਰੈਕਟ ਆਨਸਰ ਅਮ੍ਰਿਤਸਰ ਸਾਹਿਬ ਵਿਖੇ ਸਾਨੂੰ ਦੇਖਣ ਨੂੰ ਮਿਲਦਾ ਜੀ ਥੇਰ ਵੋ ਸੰਤ ਕਬੀਰ ਬੋਨਪਾਈ ਕਹਿੰਦੇ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀ ਦਿੱਲੀ ਵਾਰਾਨਸੀ ਮਥੁਰਾ ਜਾਂ ਫਿਰ ਹਦਰਾਬਾਦ ਦਿੱਲੀ ਵਾਰਾਨਸੀ ਮਥੁਰਾ ਜਾਂ ਫਿਰ ਹਦਰਾਬਾਦ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਕੰਟੈਂਟ ਠੀਕ ਆ ਨਾ ਕੁਝ ਜ਼ਿਆਦਾ ਅੱਖਰ ਛੋਟੇ ਵੱਡੇ ਤੇ ਨਹੀਂ ਲੱਗ ਰਹੇ ਪਹਿਲਾਂ ਦੱਸੋ ਕਿਉਂਕਿ ਅੱਖਰ ਮੈਂ ਥੋੜੇ ਜਿਹਾ ਛੋਟੇ ਕੀਤੇ ਆ ਪਹਿਲਾਂ ਥੋੜੇ ਵੱਡੇ ਹੁੰਦੇ ਸੀਗੇ ਉਹ ਫਿਰ ਕਈ ਵਾਰ ਮੈਂ ਖੜਦਾ ਸੀਗਾ ਤਾਂ ਮੇਰੇ ਪਿੱਛੇ ਲੁਕ ਜਾਂਦੇ ਸੀਗੇ ਸੋ ਅੱਜ ਜੇ ਅੱਖਰ ਸਹੀ ਆ ਇੱਕ ਵਾਰੀ ਐਸਰ ਲਿਖ ਦੋਗੇ ਅੱਖਰਾਂ ਦਾ ਸਾਈਜ਼ ਬਹੁਤ ਵਧੀਆ ਆ ਕਰੋ ਜੀ ਆਨਸਰ ਸਰਵਾਰਣਸੀ ਵਿੱਚ ਹੋਇਆ ਸੀਗਾ ਸੰਤ ਕਬੀਰ ਜੀ ਦਾ ਜਨਮ ਹੁਣ ਸੰਤ ਕਬੀਰ ਜੀ ਦੇ ਬਾਰੇ ਨਾ ਕੁਝ ਆਪਾਂ ਡਿਟੇਲ ਦੇਖਦੇ ਆ ਸੰਤ ਕਬੀਰ ਜੀ ਦੇ ਬਾਰੇ ਡਿਟੇਲ ਦੇਖਦੇ ਆ ਥੋੜੀ ਜੀ ਜਿੰਨੀ ਕੁ ਸਰਚ ਕੀਤਾ ਮੈਂ ਅਲੱਗ-ਅਲੱਗ ਸੋਰਸਸ ਦੇ ਉੱਤੋਂ ਸੋ ਉਹਨਾਂ ਬਾਰੇ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਹਿੰਦੇ ਸੰਤ ਕਬੀਰ ਜੀ ਦੇ ਬਾਰੇ ਦੇਖੀਏ ਤਾਂ ਸੰਤ ਕਬੀਰ ਜੀ ਦਾ ਜਨਮ ਕਹਿੰਦੇ 1440 ਦੇ ਲਗਭਗ ਹੋਇਆ ਸੀਗਾ ਵਾਰਾਨਸੀ ਵਿਖੇ ਜੋ ਕਿ ਭਾਰਤ ਦਾ ਏਰੀਆ ਹੈ ਸੋ ਇਹਨਾਂ ਦੇ ਇਸ ਸੰਸਾਰ ਨੂੰ ਛੱਡਣ ਦੀ ਗੱਲ ਕਰੀਏ ਤਾਂ 1518 ਵਿੱਚ ਕਹਿੰਦੇ ਇਸ ਸੰਸਾਰ ਨੂੰ ਛੱਡ ਗਏਗੇ ਸੀਗਾ ਮਤਲਬ ਸੰਤ ਕਬੀਰ ਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀਗੇ ਇੱਥੋਂ ਸਾਨੂੰ ਕੀ ਪਤਾ ਲੱਗਦਾ ਆ ਸੰਤ ਕਬੀਰ ਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀਗੇ ਮਤਲਬ ਜਦੋਂ ਗੁਰੂ ਨਾਨਕ ਦੇਵ ਜੀ ਸੀਗੇ ਉਦੋਂ ਸੰਤ ਕਬੀਰ ਜੀ ਵੀ ਹੈਗੇ ਸੀਗੇ ਮਗਰ ਵਿਖੇ ਨਾਲ ਦੀ ਕਹਿੰਦੇ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਨੇ ਤੇ ਚਾਹੇ ਉਹ Hindu ਧਰਮ ਦੇ ਲੋਕ ਨੇ ਚਾਹੇ Muslim ਧਰਮ ਦੇ ਲੋਕ ਨੇ ਚਾਹੇ Sikh ਧਰਮ ਦੇ ਲੋਕ ਨੇ ਉਹਨਾਂ ਵਿੱਚ ਬਹੁਤ ਮਸ਼ਹੂਰ ਸੀਗੇ ਸੰਤ ਕਬੀਰ ਜੀ ਬਹੁਤ ਇਹਨਾਂ ਨੂੰ ਮੰਨਦੇ ਸੀਗੇ ਅਗਲਾ ਕੁਐਸਚਨ ਸਾਡੇ ਕੋਲ ਆ ਗਿਆ ਅ which of the following sect is emphasized on nirgun bhakti ਹੇਠ ਲਿਖਿਆਂ ਵਿੱਚੋਂ ਨਿਰਗੁਣ ਭਗਤੀ ਉੱਤੇ ਨਿਮਨ ਲਿਖਤ ਵਿੱਚੋਂ ਕਿਹੜਾ ਸੰਪਰਦਾ ਜਿਹੜੀ ਹੈਗੀ ਉੱਤੇ ਜ਼ੋਰ ਦਿੰਦਾ ਸੀਗਾ ਨਿਰਗੁਣ ਹਾਂ ਦੇਖੋ ਜਦੋਂ ਭਗਤੀ ਕੀਤੀ ਜਾਂਦੀ ਹੈ ਨਾ ਤਾਂ ਭਗਤੀ ਦੋ ਰੂਪਾਂ ਦੇ ਵਿੱਚ ਕੀਤੀ ਜਾਂਦੀ ਹੈ ਪਹਿਲਾ ਰੂਪ ਇਹ ਹੈ ਜਿੱਥੇ ਤੁਸੀਂ ਪਰਮਾਤਮਾ ਦੀ ਸ਼ਕਲ ਨੂੰ ਇਮੇਜਿਨੇਸ਼ਨ ਕਰ ਲੈਨੇ ਹੋ ਉਹਨੂੰ ਯਾਦ ਕਰ ਲੈਨੇ ਹੋ ਉਹਨੂੰ ਕਹਿੰਦੇ ਵੀ ਹਾਂ ਇੱਕ ਪਰਮਾਤਮਾ ਹੈ ਦੂਜੇ ਨੰਬਰ ਤੇ ਕਹਿੰਦੇ ਦੂਜੇ ਨੰਬਰ ਤੇ ਸਾਡੇ ਕੋਲ ਹੈ ਇਦਾਂ ਦਾ ਭਗਤੀ ਜਿੱਥੇ ਅਸੀਂ ਪਰਮਾਤਮਾ ਨੂੰ ਇਮੇਜਿਨੇਸ਼ਨ ਨਹੀਂ ਕਰਦੇ ਹੁਣ ਜਿੱਥੇ ਪਰਮਾਤਮਾ ਦੀ ਇਮੇਜਿਨੇਸ਼ਨ ਨਹੀਂ ਹੁੰਦੀ ਆਪਾਂ ਕਹਿੰਦੇ ਜੋ ਪਰਮਾਤਮਾ ਉਹ ਨਿਰਅਕਾਰ ਹੈ ਉਹਦਾ ਕੋਈ ਆਕਾਰ ਨਹੀਂ ਹੈ ਜ ਜਿਹਨੂੰ ਅਸੀਂ ਕੁਦਰਤ ਕਹਿ ਦਿੰਨੇ ਆ ਸੋ ਉਹ ਹੁੰਦਾ ਨਿਰਗੁਣ ਮਤਲਬ ਉਹਦਾ ਕੋਈ ਰੂਪ ਨਹੀਂ ਹੈ ਨਿਰਗੁਣ ਤੇ ਸਿੱਖ ਧਰਮ ਦੀ ਗੱਲ ਕਰੀ ਤਾਂ ਸਿੱਖ ਧਰਮ ਨਿਰਗੁਣ ਨੂੰ ਫੋਲੋ ਕਰਦਾ ਹੈ ਬੜੇ ਧਿਆਨ ਨਾਲ ਸੁਣੋ ਬੱਚੇ ਕਾਲੀ ਨਹੀਂ ਕਰਨੀ ਪੜਨ ਆਇਓ ਜਿੰਨਾ ਟਾਈਮ ਫੈਕਟ ਕਲੀਅਰ ਨਹੀਂ ਹੁੰਦੇ ਕੋਈ ਪੁਆਇੰਟ ਆ ਮੰਨ ਲਓ ਮੈਨੂੰ ਫੈਕਟ ਨਹੀਂ ਕਲੀਅਰ ਹੈਗਾ ਮੈਂ ਪੇਪਰ 'ਤੇ ਜਾ ਕੇ ਗਲਤੀ ਕਰੂੰਗਾ ਜਾਂ ਗਲਤੀ ਕਰੂੰਗੀ ਮੇਰੀ ਸਿਲੈਕਸ਼ਨ ਰੁਕੂਗੀ ਸਿੰਪਲ ਲੌਜੀਕ ਤੁਸੀਂ ਨਾ ਤਾਂ ਇੱਥੇ ਮੇਲਾ ਦੇਖਣ ਆਇਓ ਨਾ ਮੈਂ ਇੱਥੇ ਤੁਹਾਨੂੰ ਡਾਂਸ ਕਰਕੇ ਦਿਖਾਉਣਾ ਆ ਪੜਾਉਂਗਾ ਪੁਆਇੰਟ ਦੱਸੂਗਾ ਕੋਈ ਡਾਊਟ ਹੋਊਗਾ ਉਹ ਦੂਰ ਕਰੂੰਗਾ ਇਸ ਤਰੀਕੇ ਨਾਲ ਦੱਸੂਗਾ ਵੀ ਪੇਪਰ ਦੇ ਵਿੱਚ ਜਾ ਕੇ ਗਲਤੀ ਨਾ ਹੋਵੇ ਸਹਿਮਤ ਹੋ ਮੇਰੇ ਨਾਲ ਠੀਕ ਹੈ ਸੋ ਦੂਜੇ ਨੰਬਰ ਤੇ ਆ ਗਿਆ ਨਿਰਗੁਣ ਹੋ ਗਿਆ ਪਹਿਲੇ ਦੂਵੇ ਸਗੁਣ ਹੋ ਗਿਆ ਹੁਣ ਸਗੁਣ ਦੇ ਵਿੱਚ ਕਹਿੰਦੇ ਮੂਰਤੀ ਪੂਜਾ ਕੀਤੀ ਜਾਂਦੀ ਹੈ ਮੂਰਤੀ ਪੂਜਾ ਸੋ ਸਾਨੂੰ ਪਤਾ ਜਿਹੜੀ ਮੂਰਤੀ ਪੂਜਾ ਮਤਲਬ ਅਸੀਂ ਰੱਬ ਦਾ ਰੂਪ ਧਿਆਨ ਵਿੱਚ ਕਰ ਲਿਆ ਸੀਗਾ ਨੇ ਰੱਬ ਰੂਪ ਇਦਾਂ ਦਾ ਸੀਗਾ ਰੱਬ ਇਦਾਂ ਦਾ ਸੀਗਾ ਸੋ ਉਹ ਹੈਗਾ ਸਾਡੇ ਕੋਲੇ ਹਿੰਦੂ ਧਰਮ ਦੇ ਵਿੱਚ ਉੱਥੇ ਅਸੀਂ ਰੱਬ ਦੇ ਰੂਪ ਦੀ ਇਮੇਜਿਨੇਸ਼ਨ ਕਰਦੇ ਆਂ ਸੋ ਜੇ ਨਿਰਗੁਣ ਜਾਂ ਸਗੁਣ ਦਾ ਐਗਜ਼ਾਮਪਲ ਕਿਤੇ ਪੁੱਛ ਲਈ ਗਈ ਤਾਂ ਅਸੀਂ ਉਸ ਤਰੀਕੇ ਨਾਲ ਉਹਨੂੰ ਜ਼ਰੂਰ ਦੱਸਾਂਗੇ डन ਜੀ ਯਸ ਸਰ ਲਿਖ ਦਿਓ ਜੇ ਕਲੀਅਰ ਹੋ ਗਿਆ ਕਿਉਂਕਿ ਟੌਪਿਕ ਬਹੁਤ ਇੰਪੋਰਟੈਂਟ ਆ ਇਥੋਂ ਕਈ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਮਾਰਦਾ ਹੁੰਦਾ ਤੁਹਾਨੂੰ ਮੈਂ ਹੋਮਵਰਕ ਦਿੰਨਾ ਜੇ ਹੋ ਸਕੇ ਆ ਕਰਿਓ ਜ਼ਰੂਰ ਕੋਈ ਵੀ ਦੱਸੋ ਪਹਿਲਾਂ ਕਰੋਗੇ ਹੋਮਵਰਕ ਕਿ ਨਹੀਂ ਕਰੋਗੇ ਬਹੁਤ ਇੰਪੋਰਟੈਂਟ ਹੋਮਵਰਕ ਆ ਦੱਸੋ ਕਿਹੜਾ ਕਿਹੜਾ ਕਰੂਗਾ ਯਸ ਸਰ ਲਿਖੋ ਜਿਹੜਾ ਇਹ ਹੋਮਵਰਕ ਕਰੂਗਾ ਕੋਈ ਵੀ ਦੋ ਸੂਫੀ ਸੰਤਾਂ ਦੇ ਨਾਮ ਜਿਹੜੇ ਸਗੁਣ ਨੂੰ ਫਾਲੋ ਕਰਦੇ ਸੀਗੇ ਯਾਨੀ ਮੂਰਤੀ ਪੂਜਾ ਦੇ ਵਿੱਚ ਸਬੰਧ ਰੱਖਦੇ ਸੀਗੇ ਦੋ ਉਹ ਸਾਧੂ ਸੰਤਾਂ ਦੇ ਨਾਮ ਤੇ ਦੋ ਸਾਧੂ ਸੰਤਾਂ ਦੇ ਨਾਮ ਜਿਹੜੇ ਸਗੁਣ ਤੋਂ ਬਾਅਦ ਨਿਰਗੁਣ ਨੂੰ ਫਾਲੋ ਕਰਦੇ ਸੀਗੇ ਯਾਨੀ ਕਿ ਦੋ ਦੋ ਕੋਈ ਵੀ ਇਦਾਂ ਦੇ ਸੂਫੀ ਸੰਤ ਜਿਹੜੇ ਇਹਨਾਂ ਭਗਤੀ ਲਹਿਰਾਂ ਨੂੰ ਮੰਨਦੇ ਸੀਗੇ ਹੋਮਵਰਕ ਆ ਤੁਹਾਡੇ ਲਈ ਵਧੀਆ ਨਾ ਸਰਚ ਕਰਿਓ ਦੇਖੋ ਕਿ ਨਾ ਵਧੀਆ ਲੱਗੂਗਾ ਤੁਹਾਨੂੰ 2 ਤੋਂ ਵੱਧ ਗਿਆ ਤਾਂ ਕਰ ਲਿਓ ਨਹੀਂ ਤਾਂ 2 ਦਾ ਘੱਟੋ ਘੱਟ ਕਰਨੇ ਹੀ ਕਰਨੇ ਨੇ ਸੋ ਸਿੱਖੀ ਜਮਿਸ ਦਾ ਕਰੈਕਟ ਆਨਸਰ ਅਗਲੇ ਕੁਐਸਚਨ ਤੇ ਚੱਲਦੇ ਆਂ ਅਮਿਤਿਆ ਯੂਨੀਵਰਸਿਟੀ ਕਹਿੰਦੇ ਸਾਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ ਲੁਧਿਆਣਾ ਅਮ੍ਰਿਤਸਰ ਸਾਹਿਬ ਮੁਹਾਲੀ ਜਾਂ ਫਿਰ ਚੰਡੀਗੜ੍ਹ ਇਹ ਤਾਂ ਬਹੁਤ ਸੌਖਾ ਕੁਐਸਚਨ ਆ ਜੀ ਪੰਜਾਬ ਪੁਲਿਸ ਦਾ ਨਿਊ ਬੈਚ ਦੱਸਣਾ ਜੀ ਓਕੇ ਜੀ ਮਨਦੀਪ ਜੀ ਦੱਸਾਂਗੇ ਜਰੂਰ ਲਾਸਟ ਦੇ ਉੱਤੇ ਦੱਸਾਂਗੇ ਉਹਨਾਂ ਟਾਈਮ ਆ ਪੜ ਲਈਏ ਤੁਹਾਡਾ ਧਿਆਨ ਸਾਰਾ ਕਲਾਸ 'ਚ ਹੋਣਾ ਚਾਹੀਦਾ ਇਹ ਗੱਲ ਆਪਾਂ ਬਾਅਦ ਦੇ ਵਿੱਚ ਵੀ ਕਰ ਲਾਂ ਕਰੋ ਕੁਐਸਚਨ ਸ਼ਾਬਾਸ਼ ਮੈਂ ਕੀ ਕਰਿਆ ਇੱਕ ਕੋਈ ਗਲਤ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸੱਜਣਾ ਸਭ ਗੱਲਾਂ ਸਾਨੂੰ ਸਮਝਣੇ ਆਉਂਦੀਆਂ ਦਿਮਾਗ ਹੈ ਕੋਈ ਦਲਦਲਤ ਨਹੀਂ ਸੱਜਣਾ ਦਿਲ ਸਾਡੇ ਵਿੱਚੋਂ ਨਿਕਲ ਵੀ ਸਕਦਾ ਹੈ ਦਿਲ ਹੈ ਕੋਈ ਦਲਦਲਤ ਨਹੀਂ ਸੱਜਣਾ ਇਹ ਕੋਈ ਗਲਤ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸੱਜਣਾ ਸੋ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਇਹ ਲਾਈਨਾਂ ਉਹਨਾਂ ਦੇ ਲਈ ਸੀਗੀਆਂ ਵੀ ਭਾਈ ਚੁੱਪਚੀ ਬੀਤੇ ਪੜਨਾ ਲਾਈਕ ਨਾ ਕਰਨਾ ਇਹ ਵੀ ਮਸਲੇ ਦਾ ਹਾਲਤ ਨਹੀਂ ਨਾ ਸੱਜਣਾ ਸੋ ਆਹ ਕੁਐਸਚਨ ਆਪ ਪੜੋ ਤੇ ਦਾ ਆਪ ਆਨਸਰ ਕਰੋ ਮੈਂ ਥੋੜਾ ਜਿਹਾ ਸਾਈਡ ਤੇ ਖੜਾ ਆ ਤਾਂ ਕਿ ਮੈਂ ਦੇਖਣਾ ਵੀ ਕਿੰਨਾ ਕੁ ਧਿਆਨ ਤੁਸੀਂ ਦਿੰਨੇ ਹੋ ਕੁਐਸਚਨ ਦੇ ਉੱਤੇ ਹੁਣ ਪੂਰਾ ਫੋਕਸਡ ਹੋ ਕੇ ਪੜੋ ਇਸ ਕੁਐਸਚਨ ਨੂੰ ਦੇਖਣਾ ਆਪਾਂ ਵੀ ਕੌਣ-ਕੌਣ ਦਾ ਸਹੀ ਆਨਸਰ ਕਰੂਗਾ ਸ਼ਾਬਾਸ਼ ਕਰੋ ਆਨਸਰ ਪੜੋ ਮੈਂ ਇੱਕ ਸ਼ਬਦ ਨਹੀਂ ਬੋਲਣਾ ਹਾਂ ਮੈਂ ਤੁਹਾਨੂੰ ਕਹਾਣੀ ਉਹਨਾਂ ਟਾਈਮ ਸੁਣਾ ਦੇਣਾ ਅੱਜ ਇੱਕ ਬੱਚਾ ਸੀਗਾ ਮੇਰੇ ਕੋਲ ਪੇੜ ਦੇ ਵਿੱਚ ਪੜ ਰਿਹਾ ਕਹਿੰਦਾ ਸਰ ਮੈਨੂੰ ਕਿਸੇ ਨੇ ਕਹਿਤਾ ਤੇਰਾ ਕੁਝ ਬਣਨਾ ਨਹੀਂਗਾ ਜੀ ਫਿਰ ਮੈਂ ਉਹਨੂੰ ਕਹਾਣੀ ਸੁਣਾਈ ਮੈਂ ਕਿਹਾ ਤੂੰ ਐਂ ਕਰ ਮੈਂ ਕਿਹਾ ਵੀ ਇੱਕ ਨਾ ਹਾਥੀ ਸੀਗਾ ਉਹਨੂੰ ਮੈਂ ਇਹ ਕਹਾਣੀ ਸੁਣਾਉਣਾ ਉਹਨੂੰ ਬੜੀ ਮੋਟੀਵੇਸ਼ਨ ਜੀ ਮਿਲੀ ਸ਼ਾਇਦ ਤੁਹਾਡੇ ਲਈ ਵੀ ਆ ਤੁਹਾਡੀ ਵੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਦਾਂ ਦੇ ਦੋਸਤ ਮਿੱਤਰ ਹੁੰਦੇ ਨੇ ਜਿਹੜੇ ਚੁਭੀਆਂ ਜੀਆਂ ਗੱਲਾਂ ਕਰ ਦਿੰਦੇ ਹੁੰਦੇ ਨੇ ਨਾ ਵੀ ਐ ਨਹੀਂ ਹੋਣਾ ਜਵਣੀ ਹੋਣਾ ਸੋ ਕਹਿੰਦੇ ਮੈਂ ਉਹਨੂੰ ਦੱਸਿਆ ਮੈਂ ਕਿ ਇੱਕ ਹਾਥੀ ਸੀਗਾ ਤੇ ਹਾਥੀ ਨਾ ਨਹਾਤ ਹੋ ਕੇ ਘਰੋਂ ਨਿਕਲਿਆ ਉਹ ਜਦੋਂ ਜਾ ਰਿਹਾ ਸੀਗਾ ਤੇ ਮੋਰੇ ਉਹਨੂੰ ਇੱਕ ਸੂਰ ਦਿਖਿਆ ਕਿਚੜ ਦੇ ਵਿੱਚ ਫਾਤੀ ਉਹਨੂੰ ਦੇਖ ਕੇ ਪਰੇ ਜਾਨੂੰ ਲੰਗ ਗਿਆ ਸੂਰਤਾਂ ਫਾਰਮ 'ਚ ਆ ਗਿਆ ਕਹਿੰਦਾ ਲੈ ਜੱਟ ਦੀ ਚੜ੍ਹਾਈ ਦੇਖੋ ਕਹਿੰਦਾ ਮੈਂ ਤਾਂ ਹਾਥੀ ਡਰਦਾ ਤਾਂ ਉਹਨੇ ਚੰਦਰ ਨੇ ਜੰਗਲ 'ਚ ਅੱਗ ਵਾਂਗੂ ਗੱਲ ਫੁਲਾਤੀ ਮੈਨੂੰ ਤਾਂ ਹਾਥੀ ਡਰ ਗਿਆ ਕਹਿੰਦਾ ਅੱਜ ਮੈਂ ਖੜਾ ਸੀਗਾ ਹਾਥੀ ਨੂੰ ਦੇਖ ਕੇ ਮੁੜ ਗਿਆ ਵਾਪਸ ਲੋਕੀ ਹਾਥੀ ਗੋਲ ਬਾਗੇ ਇਕੱਠੇ ਹੋ ਗਏ ਹਾਥੀ ਯਾਰ ਤੂੰ ਸੂਰਤੋ ਕਹਿੰਦੇ ਡਰ ਗਿਆ ਉਹ ਕਹਿੰਦਾ ਕਾ ਨੂੰ ਕਹਿੰਦਾ ਮੈਂ ਨਾ ਆ ਕੇ ਆਇਆ ਸੀ ਯਾਰ ਉਹ ਗਾਰੇ 'ਚ ਖੜਾ ਸੀਗਾ ਜਿਵੇਂ ਮੈਂ ਕੋਲ ਦੀ ਲੰਗਦਾ ਮੈਨੂੰ ਲਵੇੜ ਦਿੰਦਾ ਮੈਂ ਤਾਂ ਆਪਦਾ ਹੀ ਭਲਾ ਕੀਤਾ ਸੋ ਇਸ ਕਰਕੇ ਤੁਸੀਂ ਵੀ ਸੋ ਪੜਦੇ ਉਹਨੂੰ ਆਪਦਾ ਭਲਾ ਕਰਕੇ ਜਿਹ ਤੁਸੀਂ ਤਕੜੇ ਹੀ ਰਹਿਣਾ ਆ ਜਿਸ ਦਿਨ ਸਿਲੈਕਸ਼ਨ ਹੋ ਗਈ ਉਸ ਦਿਨ ਹੋਰ ਤਕੜੇ ਹੋ ਜਾਣਾ ਠੀਕ ਹੈ ਜੀ ਚਲੋ ਆਨਸਰ ਕੀ ਆ ਗਿਆ অপਸ਼ਨ ਨੰਬਰ ਸੀ ਉਹਨੇ ਕਿ ਪੁੱਛਿਆ ਕਹਿੰਦੇ ਗਲਤ ਆ ਕਿਉਂ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਮੁਕਸਰ ਸਾਹਿਬ ਵਿਖੇ ਸਥਿਤ ਹੈ ਬਿਲਕੁਲ ਸਹੀ ਹੈ ਜੀ ਮਾਗੀ ਦਾ ਮੇਲਾ ਸ਼੍ਰੀ ਮੁਕਸਰ ਸਾਹਿਬ ਵਿਖੇ ਦਾ ਮਸ਼ਹੂਰ ਹੈ ਬਿਲਕੁਲ ਸਹੀ ਹੈ ਮਾਗੀ ਦਾ ਮੇਲਾ ਦਿਵਾਰੀ ਤੋਂ ਅਗਲੇ ਦਿਨ ਲੱਗਦਾ ਨਹੀਂ ਲੱਗਦਾ ਕਿਉਂ ਕਿ ਇਹ ਲੋਹੜੀ ਤੋਂ ਅਗਲੇ ਦਿਨ ਲੱਗਦਾ ਆ ਸੋ ਇੱਕ ਸਟੇਟਮੈਂਟ ਗਲਤ ਸੀਗੀ ਉਹਨੇ ਫਾਲਸ ਹੀ ਪੁੱਛਿਆ ਸੀਗਾ ਕਿਵੇਂ ਲੱਗੀ ਕਹਾਣੀ ਫਿਰ ਥੋੜੀ ਜ਼ਿੰਦਗੀ 'ਚ ਹੈਗਾ ਕੋਈ ਸੂਰ ਲੇਖ ਤੇ ਜਿਹੜਾ ਕਹਿੰਦਾ ਜੀ ਮੈਂ ਹਾਥੀਆ ਦੇਖੋ ਯਸਰ ਅਸੀਂ ਵੀ ਹਾਥੀ ਹੈਗੇ ਆਂ ਅਗਲਾ ਕੁਐਸਚਨ ਚੱਲਦੇ ਆਂ ਸਾਰਾਗੜੀ ਮੈਮੋਰੀਅਲ ਜਿਹੜਾ ਹੈਗਾ ਆ ਉਹ ਸਿਚੁਏਟਿਡ ਹੈ ਕਿਹੜੇ ਸ਼ਹਿਰ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਾਨੂੰ ਸਾਰਾਗੜੀ ਜਿਹੜਾ ਉਹ ਮੈਮੋਰੀਅਲ ਦੇਖਣ ਨੂੰ ਮਿਲਦਾ ਆ ਐਂਡ ਇਹਦੇ ਨਾਲ ਨਾਲ ਇਹ ਵੀ ਦੱਸ ਦਿਓ ਕਿ ਸਾਰਾਗੜੀ ਦੀ ਲੜਾਈ ਕਦੋਂ ਹੋਈ ਸੀਗੀ ਵਿਨ ਕਦੋਂ ਹੋਈ ਸੀਗੀ ਸਾਰਾਗੜੀ ਦੀ ਲੜਾਈ ਦੱਸੋ ਜੀ ਸੋ ਦੋ ਤਿੰਨ ਗੱਲਾਂ ਆਂ ਬਹੁਤ ਆ ਨਾ ਹਾਂ ਬਸ ਤੁਸੀਂ ਧਿਆਨ ਕਿੱਥੇ ਦੇਣਾ ਪੜਾਈ ਦੇ ਉੱਤੇ ਫੋਕਸ ਕਰਨਾ ਫੋਕਸ ਰੋ ਕੇ ਪੜੀ ਜਾਮੋਗੇ ਤੁਹਾਡੀ ਸਿਲੈਕਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਤੁਹਾਡੀ ਸਿਲੈਕਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਪੜੀ ਚੱਲੋ ਬਸ ਟੈਨਸ਼ਨ ਨਾ ਲਓ ਚਲੋ ਆਨਸਰ ਕੀ ਆ ਗਿਆ ਸਾਡੇ ਕੋਲੇ ਫਿਰੋਜ਼ਪੁਰ ਬਿਲਕੁਲ ਸਹੀ ਆ ਸੋ ਕਹਿੰਦੇ ਇਹ ਅ ਕਦੋਂ ਲੜਾਈ ਹੋਈ ਸੀਗੀ ਬਿਲਕੁਲ ਸਹੀ ਆ ਜੀ ਬਿਲਕੁਲ ਸਹੀ ਬੱਚਿਆਂ ਦਾ ਸਿਆ 1897 ਦੇ ਵਿੱਚ ਹੁਣ ਹੋਮਵਰਕ ਇਹ ਵੀ ਆ ਵੀ ਇਹਦੀ ਐਗਜ਼ੈਕਟ ਡੇਟ ਕੀ ਸੀਗੀ ਹਾਂ ਦਸੰਬਰ ਮਹੀਨੇ ਦੀ ਗੱਲ ਆ ਨਾ ਹਾਂ ਦਸੰਬਰ ਮਹੀਨੇ ਦੀ ਐਗਜ਼ੈਕਟ ਡੇਟ ਕੀ ਸੀਗੀ ਉਹ ਵੀ ਸੌਰੀ ਸਤੰਬਰ ਹਾਂ ਨਾ ਦਸੰਬਰ ਸਤੰਬਰ ਮਹੀਨੇ ਦੀ ਵੈਰੀ ਗੁੱਡ ਹਾਂ ਸਤੰਬਰ ਦੀ ਸਤੰਬਰ ਮਹੀਨੇ ਦੀ ਇੱਕ ਡੇਟ ਪੈਂਦੀ ਆ ਸਤੰਬਰ ਮਹੀਨੇ ਚ ਹੋਈ ਸੀਗੀ ਇਹ ਤੇ ਉਹ ਸਤੰਬਰ ਮਹੀਨੇ ਦੀ ਐਗਜ਼ੈਕਟ ਡੇਟ ਕੀ ਆ ਤੁਸੀਂ ਮੈਨੂੰ ਦੱਸਣਾ ਆ ਕਮੈਂਟ ਬਾਕਸ ਦੇ ਵਿੱਚ ਸਤੰਬਰ ਸੀ ਹਨਾ ਸਤੰਬਰ ਹੀ ਸੀਗਾ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਵਿਚ ਆਫ ਦਾ ਫੋਲੋਇੰਗ ਇਜ਼ অর ਆਰ ਕੰਪੋਜੀਸ਼ਨ ਆਫ ਕਬੀਰ ਹੇਠ ਲਿਖਿਆਂ ਵਿੱਚੋਂ ਕਬੀਰ ਜੀ ਦੀਆਂ ਕਿਹੜੀਆਂ ਕਿਹੜੀਆਂ ਰਚਨਾਵਾਂ ਨੇ कहते बीजक एंड साखी ग्रंथ दिसंबर से सितंबर से सितंबर हाँ बारह सितंबर सही है सही है सही है शाबाश वेरी गुड वेरी गुड वेरी गुड चलो बीजक एंड साखी ग्रंथ कबीर ग्रंथावली एंड अनुराग सागर ਜਾਂ ਫਿਰ ਕੱਲਾ ਵੀ ਜਾਂ ਫਿਰ ਆਲ ਆਫ ਅਵਬ ਕਿਹੜਾ ਇਹਨਾਂ ਵਿੱਚੋਂ ਸਹੀ ਹੈ ਹੁਣ ਸੰਤ ਕਬੀਰ ਜੀ ਦੀ ਗੱਲ ਚੱਲਦੀ ਹੈ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀ ਦੱਸ ਦਿਓ ਮੈਨੂੰ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀ ਥੋੜੀ ਡਿਟੇਲ ਪੜ੍ਹਦੇ ਆਂ ਅਨਸਰ ਕਿਹਾ ਗਿਆ ਆਲ ਆਫ ਅਵ ਬਿਲਕੁਲ ਸਹੀ ਹੈ ਸਾਰੇ ਦੇ ਸਾਰੇ ਸਹੀ ਨੇ ਸੋ ਕਹਿੰਦੇ ਜੇ ਆਪਾਂ ਗੱਲ ਕਰੀਏ ਕਬੀਰ ਜੀ ਦੀ ਤਾਂ ਕਬੀਰ ਜੀ ਦੀ ਜਿਹੜੀਆਂ ਮੁੱਖ ਰਚਨਾਵਾਂ ਨੇ ਉਹਨਾਂ ਵਿੱਚ ਕਿਹੜੀਆਂ-ਕਿਹੜੀਆਂ ਨੇ ਸਾਖੀ ਗ੍ਰੰਥ ਹੋ ਗਿਆ ਅ ਬੀਜਕ ਹੋ ਗਿਆ ਕਬੀਰ ਪ੍ਰਾਚੀ ਹੋ ਗਿਆ ਕਬੀਰ ਗ੍ਰੰਥਾਵਲੀ ਹੋ ਗਿਆ ਇਹਦੇ ਨਾਲ ਨਾਲ ਕਹਿੰਦੇ ਆਦ ਗ੍ਰੰਥ ਜੀ ਦੇ ਵਿੱਚ ਵੀ ਕਬੀਰ ਜੀ ਦੀਆਂ ਰਚਨਾਵਾਂ ਸ਼ਾਮਲ ਨੇ ਹੁਣ ਜਦੋਂ ਇਹ ਗੱਲ ਮੈਂ ਪੜ੍ਹੀ ਫਿਰ ਮੇਰੇ ਮਨ ਚ ਸੀ ਕਿ ਕਿਉਂ ਨਾ ਮੈਂ ਬੱਚਿਆਂ ਨੂੰ ਦੱਸਾਂ ਵੀ ਇਹ ਕਿਹੜੀ ਕਿੰਨੀ ਬਾਣੀ ਹੈ ਸਾਡੇ ਕੋਲੇ ਕਬੀਰ ਜੀ ਦੀ ਸੰਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੋ ਇਹਦੇ ਉੱਤੇ ਸਟੱਡੀ ਕੀਤੀ ਗਈ ਦੋ ਤਰੀਕੇ ਦੀਆਂ ਵੈਬਸਾਈਟਸ ਮੈਂ ਦੇਖੀਆਂ ਇੱਕ ਤਾਂ ਹਜ਼ੂਰ ਸਾਹਿਬ ਜੋ ਗੁਰਦੁਆਰਾ ਹੈ ਤਕਸ਼ਰੀ ਹਜ਼ੂਰ ਸਾਹਿਬ ਉਹਨਾਂ ਦੁਆਰਾ ਇੱਕ ਪੇਜ ਜਾਰੀ ਕੀਤਾ ਗਿਆ ਸੀਗਾ ਦੂਜੇ ਨੰਬਰ ਤੇ ਇੱਕ ਸਿੱਖ ਪੀੜ੍ਹੀਆ ਕਰਕੇ ਵੈਬਸਾਈਟਾ ਉਹਨਾਂ ਨੇ ਜਿਹੜਾ ਡਾਟਾ ਦਿੱਤਾ ਉਹ ਇਹ ਸੀਗਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਜੀ ਦੋ ਤਰੀਕੇ ਸੀਗੇ ਦੇਖੋ ਇੱਕ ਜਗ੍ਹਾ ਲਿਖਿਆ ਸੀਗਾ 227 ਤੇ ਇੱਕ ਜਗ੍ਹਾ ਲਿਖਿਆ ਸੀਗਾ 229 ਪੌੜੀਆਂ ਨੇ 227 ਤੇ 229 ਪੌੜੀਆਂ ਨੇ ਇਹਦੇ ਨਾਲ ਨਾਲ ਕਹਿੰਦੇ 17 ਰਾਗਾਂ ਵਿੱਚ ਬਾਣੀ ਲਿਖੀ ਗਈ ਹੈ ਤੇ 237 ਸ਼ਲੋਕ ਵੀ ਨੇ ਗੁਰੂ ਜੀ ਦੇ ਉਹ ਸੌਰੀ ਬਾਬਾ ਫਰੀਦ ਜੀ ਦੇ ਠੀਕ ਹੈ ਕਬੀਰ ਜੀ ਨਾਟ ਫਰੀ ਜੀ ਕਬੀਰ ਜੀ ਦੇ ਸੋ ਕਬੀਰ ਜੀ ਦੇ 237 ਸ਼ਲੋਕ ਨੇ ਤੇ ਇੱਕ ਜਗ੍ਹਾ 243 ਲਿਖਿਆ ਸੀਗਾ ਲਿਖਿਆ ਸੀਗਾ ਇਨਕਲੂਡਿੰਗ 6 ਗੁਰੂਜ਼ ਉਹ ਪਤਾ ਨਹੀਂ ਕੀ ਮਤਲਬ ਸੀਗਾ ਮਤਲਬ 6 ਗੁਰੂ ਸਹਿਬਾਨ ਨੂੰ ਇਨਕਲੂਡ ਕਰਦੀ ਕੁਛ ਇਦਾਂ ਦਾ ਸੀਗਾ ਬਟ 237 ਸ਼ਲੋਕ ਨੇ ਕਬੀਰ ਜੀ ਦੇ ਤੇ ਪੌੜੀਆਂ ਦੀ ਗੱਲ ਕਰੀਏ ਬਾਣੀ ਦੀ ਗੱਲ ਕਰੀਏ ਜੋ ਹਜ਼ੂਰ ਸਹਿਬ ਵਾਲਿਆਂ ਦਾ ਡਾਟਾ ਸੀਗਾ ਉਹ 229 ਕਹਿੰਦਾ ਸੀਗਾ ਤੇ ਦੂਜੀ ਵੈਬਸਾਈਟ 227 ਕਹਿੰਦੀ ਆ ਥੋੜਾ ਜਿਹਾ ਕਨਫਿਊਜ਼ਨ ਜ਼ਰੂਰ ਰਹਿੰਦਾ ਆ ਸੋ ਤੁਸੀਂ ਦੋਨੋਂ ਯਾਦ ਕਰ ਲਿਓ ਰਾਗ ਯਾਦ ਕਰ ਲਿਓ ਸ਼ਲੋਕ ਯਾਦ ਕਰ ਲਿਓ ਤੇ ਬਾਕੀ ਵੀ ਯਾਦ ਕਰ ਲਿਓ ਐਗਜ਼ਾਮ ਦੇ ਵਿੱਚ ਆ ਗਿਆ ਤਾਂ ਅਸੀਂ ਅਕੋਰਡਿੰਗ ਟੂ ਆਪਸ਼ਨ ਇਹਨੂੰ ਸਹੀ ਕਰ ਲਵਾਂਗੇ ਕਿਉਂਕਿ ਵੈਸੇ ਸਾਡੇ ਕੋਲ ਡਾਟਾ ਇਹ ਨਹੀਂ ਆਏਗਾ ਠੀਕ ਹੈ ਜੀ ਚਲਿਏ ਆਈ ਹੋਪ ਤੁਸੀਂ ਨੋਟ ਕਰ ਲਿਆ ਹੋਊਗਾ ਚਲਿਏ ਅੱਗੇ ਦੱਸੋ ਯੈਸ ਸਰ ਚਲੋ ਜੀ ਅਗਲੇ ਕੁਐਸਚਨ ਦੇ ਉੱਤੇ ਸੋ ਪਹਿਲਾ ਸਕਰੀਨਸ਼ਾਟ ਲੈ ਲਓ ਜੀ ਨਜ਼ਾਰਾ ਰਹਿ ਦੱਸੋ ਇਨਫੋਰਮੇਸ਼ਨ ਨਾਲ ਦੇ ਰਹੇ ਹਾਂ ਡਿਟੇਲ ਦੇ ਵਿੱਚ ਆਪਾਂ ਕਰ ਰਹੇ ਹਾਂ ਇਗਜ਼ਾਮ ਚ ਆਇਆ ਸੀ ਨੂੰ ਜ਼ਰੂਰ ਦੇਖਾਂਗੇ ਸੋ ਇਹ ਕਾਫੀ ਚੀਜ਼ਾਂ ਨੇ ਜਿਹੜੀਆਂ ਸਾਡੇ ਕੋਲ ਨਵੀਆਂ ਅਸੀਂ ਇਕੱਠੀਆਂ ਕਰ ਰਹੇ ਹਾਂ ਕਹਿੰਦੇ ਪੰਜਾਬ ਦੀ ਐਗਰੀਕਲਚਰਲ ਹਾਊਸਹੋਲਡ ਇਨਕਮ ਕਿੰਨੀ ਹੈ ਪੰਜਾਬ ਦੀ 29348 ਰੁਪਏ ਪਰ ਸਾਲ ਮਹੀਨਾ ਵਾ ਸੌਰੀ ਮਹੀਨਾਵਰ ਮਹੀਨਾ ਨਾਟ ਸਾਲ 26701 ਰੁਪਇਆ ਪਰ ਮੰਥ 22841 ਰੁਪਏ ਪਰ ਮੰਥ ਜਾਫਰ 19225 ਰੁਪਏ ਪਰ ਮੰਥ ਸੋ ਕਿੰਨੀ ਹੈ ਪੰਜਾਬ ਦੀ ਮੰਥਲੀ ਇਨਕਮ ਸ਼ਾਬਾਸ਼ ਕਰੋ ਆਨਸਰ ए बी सी डी ਚਾਰ ਆਪਸ਼ਨ ਸੋ ਈਜ਼ੀ ਜਿਹਾ ਕੁਐਸਚਨ ਹੈ ਕੋਈ ਬੜਾ ਡਿਫਿਕਲਟ ਨਹੀਂ ਹੈਗਾ ਆਨਸਰ ਕੀ ਹੈਗਾ ਸਾਡੇ ਕੋਲੇ ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ 26701 ਰੁਪਈਆ ਸੋ ਮੇਗਾਲਿਆ ਟੌਪ ਦੇ ਉੱਤੇ ਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਬਹੁਤ ਜਲਦੀ ਹੈ ਡਾਟਾ ਨਵਾਂ ਵੀ ਆਊਗਾ ਸੋ ਉਦੋਂ ਬਾਅਦ ਸਾਨੂੰ ਨਵਾਂ ਪਤਾ ਲੱਗੂ ਨਵਾਂ ਡਾਟਾ ਕੀ ਕਹਿੰਦਾ ਮੇਗਾਲਿਆ ਟੌਪ ਦੇ ਉੱਤੇ ਆ ਤੇ ਆਨਸਰ ਸਾਡੇ ਕੋਲ ਆ ਗਿਆ ਆਪਸ਼ਨ ਨੰਬਰ ਬੀ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ ਡਿਊਰਿੰਗ ਹੂਜ਼ ਗਵਰਨਰਸ਼ਿਪ ਕਹਿੰਦੇ ਕੌਣ ਸੀਗਾ ਉਸ ਸਮੇਂ ਗਵਰਨਰ ਪੰਜਾਬ ਦਾ ਜਦੋਂ ਸਿੱਖੀਜ਼ਮ ਸੀਗਾ ਜਿਹੜਾ ਉਹ ਦੋ ਭਾਗਾਂ ਵਿੱਚ ਵੰਡਿਆ ਸੀਗਾ ਬੰਦੀ ਖਾਲਸਾ ਤੇ ਤਤ ਖਾਲਸਾ ਉਸ ਸਮੇਂ ਲਾਹੌਰ ਦਾ ਕਹਿ ਲੋ ਜਾਂ ਪੰਜਾਬ ਦਾ ਕਹਿ ਲੋ ਗਵਰਨਰ ਕੌਣ ਸੀਗਾ ਜ਼ੈਹਿਆ ਖਾਨ ਸੀਗਾ ਜ਼ਕਰੀਆ ਖਾਨ ਸੀਗਾ ਅਬਦੁੱਸ ਸਮਦ ਖਾਨ ਸੀਗਾ ਜਾਂ ਫਿਰ ਮੀਰ ਮਨੂ ਸੀਗਾ ਕੌਣ ਸੀਗਾ ਜੀ ਮੇਰੇ ਪਲੱਸ 2 ਵਿੱਚੋਂ ਚਾਰ ਪੇਪਰ ਰਹੇਗਾ ਕਿ ਮੈਂ ਪੰਜਾਬ ਪੁਲਿਸ ਦੇਖੋ ਤਿਆਰੀ ਕਰਨਾ ਤਾਂ ਕੋਈ ਚੱਕ ਨਹੀਂ ਵਰਦਾ ਤਿਆਰੀ ਤਾਂ ਬੰਦਾ 10ਵੀਂ ਵਾਲਾ ਵੀ ਕਰ ਸਕਦਾ ਤਿਆਰੀ ਦਾ ਨਹੀਂ ਕੋਈ ਚੱਕਰ ਹੁੰਦਾ ਚੱਕਰ ਇਹ ਆ ਵੀ ਜੇ ਤੁਸੀਂ ਪੇਪਰ ਦੇਣਾ ਕਾਂਸਟੇਬਲ ਤਾਂ ਤੁਹਾਡੀ ਪਲੱਸ 2 ਕਲੀਅਰ ਹੋਣੀ ਚਾਹੀਦੀ ਆ ਐਂ ਤੁਹਾਨੂੰ ਕਾਂਸਟੇਬਲ ਦਾ ਪੇਪਰ ਕਲੀਅਰ ਕਰਨਾ ਪੈਣਾ ਤੇ ਤੁਹਾਨੂੰ ਫਿਜ਼ੀਕਲ ਕਲੀਅਰ ਕਰਨਾ ਪੈਣਾ ਫਿਰ ਸਿਲੈਕਸ਼ਨ ਹੁੰਦੀ ਹੁੰਦੀ ਆ ਫਰਕ ਆ ਇੱਥੇ ਅਸੀਂ ਬਹੁਤ سارے ਬੱਚੇ ਨੇ ਇਹ ਪੁੱਛਦੇ ਵੀ ਤਿਆਰੀ ਕਰ ਸਕਦਾ ਤਿਆਰੀ ਇਜ਼ ਨੋਟ ਅ ਬਿਗ ਡੀਲ ਤਿਆਰੀ ਤਾਂ 10ਵੀਂ ਦਾ ਬੱਚਾ ਯੂਪੀਐਸਸੀ ਦੀ ਕਰ ਸਕਦਾ ਤਿਆਰੀ ਦਾ ਥੋੜੀ ਘਡਿਆ ਮਾਈਂਡ ਸੈਟ ਇਹ ਰੱਖੋ ਕਿ ਸਿਲੈਕਸ਼ਨ ਅਸੀਂ ਲੈ ਸਕਦੇ ਕਿ ਨਹੀਂ ਲੈ ਸਕਦੇ ਠੀਕ ਹੈ ਸੋ ਮਾਈਂਡ ਸੈਟ ਕੀ ਰੱਖਣਾ ਸਿਲੈਕਸ਼ਨ ਲੈ ਸਕਦੇ ਕਿ ਨਹੀਂ ਲੈ ਸਕਦੇ ਅਬਦੁੱਸ ਸਮਦ ਖਾਨ ਸਿਗਾ ਭਾਈ ਉਸ ਸਮੇਂ ਨਾਟ ਜ਼ਕਰੀਆ ਖਾਨ ਮੈਨੂੰ ਪਤਾ ਸੀਗਾ ਤੁਸੀਂ ਜ਼ਕਰੀਆ ਖਾਨ ਹੀ ਲਾਉਂਗੇ ਸੋ ਬੰਦੀ ਖਾਲਸਾ ਤੇ ਤਤ ਖਾਲਸਾ ਜਿਹੜਾ ਸੀਗਾ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਦੋ ਧੜਿਆਂ ਵਿੱਚ ਵੰਡ ਗਏ ਸੀਗੇ ਕੁਝ ਸਿੱਖ ਜਿਹੜੇ ਮੰਨਦੇ ਸੀਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨੇ ਉਸੇ ਕੋਈ ਬੰਦੀ ਖਾਲਸਾ ਵਾਲੇ ਜਾਨੀ ਕਿ ਉਹਨਾਂ ਦੀਆਂ ਪਾਲਿਸੀਆਂ ਉੱਤੇ ਚੱਲਦੇ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤੇ ਦੂਜੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਲਸਫੇ ਤੇ ਚੱਲਦੇ ਸੀਗੇ ਉਹਨਾਂ ਨੂੰ ਅਸੀਂ ਤਤ ਖਾਲਸਾ ਵਾਲੇ ਕਹਿੰਦੇ ਸੀਗੇ ਲੇਕਿਨ ਭਾਈ ਮਨੀ ਸਿੰਘ ਜੀ ਨੇ ਇਹ ਮਸਲਾ ਹੱਲ ਕਰਾ ਦਿੱਤਾ ਸੀਗਾ ਤੇ ਰੌਲਾ ਵੀ ਉਹ ਖਤਮ ਕਰਕੇ ਸਿੱਖਾਂ ਨੂੰ ਦੁਬਾਰਾ ਤੋਂ ਯੂਨਾਈਟ ਕਰ ਦਿੱਤਾ ਗਿਆ ਸੀਗਾ ਸੋ ਅਬਦੁੱਲ ਸਮਦ ਖਾਨ ਉਸ ਸਮੇਂ ਕਹਿੰਦੇ ਕੌਣ ਸੀਗਾ ਲਾਹੌਰ ਦਾ ਗਵਰਨਰ ਲੋਬੀ ਆ ਗਿਆ ਨਜ਼ਾਰਾ ਨਵੀਂ ਚੀਜ਼ ਪਤਾ ਲੱਗ ਗਈ ਦੋ ਤਿੰਨ ਚੀਜ਼ਾਂ ਇਦਾਂ ਦੀ ਅੱਜ ਪਤਾ ਲੱਗੀਆਂ ਜਿਹੜੇ ਪਹਿਲਾਂ ਪੜੀਆਂ ਹੀ ਨਹੀਂ ਸੀਗੀਆਂ ਬਹੁਤ ਸੌਖਾ ਕੁਐਸਚਨ ਹੈ ਕੈਲੀਫੋਰਨੀਆ ਪੰਜਾਬ ਕਿਹੜੇ ਅ ਡਿਸਟ੍ਰਿਕਟ ਤਾਂ ਚਲੋ ਨਾ ਹੀ ਇੱਥੇ ਸ਼ਬਦ ਲਾਓ ਠੀਕ ਹੈ ਡਿਸਟ੍ਰਿਕਟ ਦਾ ਸ਼ਬਦ ਨਾ ਹੀ ਲਾਓ ਲੇਕਿਨ ਕੈਲੀਫੋਰਨੀਆ ਪੰਜਾਬ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਅਸੀਂ ਦੇਖ ਸਕਦੇ ਹਾਂ ਕੈਲੀਫੋਰਨੀਆ ਪੰਜਾਬ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਇਹ ਤੁਸੀਂ ਜ਼ਰੂਰ ਦੱਸ ਸਕਦੇ ਹੋ ਅੰਮ੍ਰਿਤਸਰ ਸਾਹਿਬ ਮੁਹਾਲੀ ਅਬੌਰ ਜਾਂ ਫਿਰ ਬਠਿੰਡਾ ਸ਼ਾਬਾਸ਼ ਤੇ ਕਿਉਂ ਕਿਹਾ ਜਾਂਦਾ ਇਹ ਵੀ ਦੱਸ ਦਿਓ ਥੋੜਾ ਜਿਹਾ ਕਿਸੇ ਨੂੰ ਪਤਾ ਹੋਇਆ ਤਾਂ ਕਿਉਂ ਕਿਹਾ ਜਾਂਦਾ ਜੀ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸੋ ਸੋ ਆਨਸਰ ਕਿਹਾ ਗਿਆ ਸਾਡੇ ਕੋਲੇ ਸਰ ਅਬੌਰ ਅਬੌਰ ਜਿਹੜਾ ਹੈਗਾ ਉਹ ਕਿਹੜੇ ਜ਼ਿਲ੍ਹੇ ਵਿੱਚ ਆਉਂਦਾ ਅਬੌਰ ਕਿਹੜੇ ਜ਼ਿਲ੍ਹੇ ਵਿੱਚ ਆਉਂਦਾ ਜੀ ਅਬੌਰ ਕਿਹੜੇ ਜ਼ਿਲ੍ਹੇ ਵਿੱਚ ਆਉਂਦਾ ਦੱਸੋ ਸਰ ਅਬੂਰ ਹੁੰਦਾ ਸਾਡੇ ਕੋਲੇ ਫਾਜ਼ਲ ਕਾਜਲੇ ਦੇ ਵਿੱਚ ਠੀਕ ਹੈ ਜੀ ਚਲੋ ਹੂ ਵਾਸ ਚੰਦੂ ਸ਼ਾਹ ਚੰਦੂ ਸ਼ਾਹ ਕੌਣ ਸੀਗਾ ਸਿੱਖ ਡਿਵੋਟੀ ਸੀਗਾ ਸੂਬੇਦਾਰ ਅਫਸਰ ਹੰਦ ਸੀਗਾ ਪਹਾੜੀ ਰਾਜਾ ਸੀਗਾ ਜਾਂ ਫਿਰ ਦਿਵਾਨ ਆਫ ਲਾਹੌਰ ਸੀਗਾ ਕੌਣ ਸੀਗਾ ਭਾਈ ਚੰਦੂ ਸ਼ਾਹ ਬਿਲਕੁਲ ਸਹੀ ਹੈ ਜੀ ਉੱਥੇ ਕਹਿੰਦੇ ਬਹੁਤ ਸਾਰੇ ਉਹ ਮਿਲਦੇ ਆ ਕਿਨੂੰ ਹਾਂ ਅਸੀਂ ਵੀ ਗਏ ਸੀਗੇ ਤੇ ਅਸੀਂ ਵੀ ਕਿਨੂੰ ਮਨੋਸ਼ ਸਰ ਦੇ ਬਾਗ ਦੇ ਕਿਨੂੰ ਅਸੀਂ ਲੈ ਕੇ ਆਂਦੇ ਖਾਣੇ ਹੁੰਨੇ ਸੀ ਹੇディ ਟਾਈਮ ਜੇ ਲੱਗਾ ਸੀ ਸਾਡਾ ਕਿਤੇ ਜਾਣ ਦਾ ਸੀ ਗਏ ਸੀ ਸੋ ਇੱਕ ਵਾਰ ਲਾਈਕ ਕਰੋ 100 ਬੱਚਾ ਬਿਨਾਂ ਲਾਈਕ ਕੀਤੇ ਬੈਠਾ ਸੋ ਲਾਈਕ ਜ਼ਰੂਰ ਕਰਦਿਆ ਕਰੋ ਤੇ ਤੁਹਾਡਾ ਕਹਿੰਦੇ ਹੁੰਦੇ ਆ ਡਿਊਟੀ ਆ ਤੁਹਾਡੀ ਲਾਈਕ ਕਰਨਾ ਸੋ ਲਾਈਕ ਕਰਦਿਆ ਕਰੋ ਤੇ ਤੁਹਾਡਾ ਜੋ ਸੱਚੀ ਦੱਸਿਓ ਕਲਾਸ ਸ਼ੇਅਰ ਕਿੰਨੇ ਕੀਤੀ ਆ ਆਪਣੇ ਆਪ ਦੱਸ ਦਿਓ ਹੈਂਡਰਿਸ ਕਰ ਦੋ ਵੀਰ ਮੈਂ ਤੁਹਾਡੀ ਕਲਾਸ ਤੁਹਾਡੇ ਕਹੇ ਬਿਨਾ ਸ਼ੇਅਰ ਕਰ ਦਿੱਤੀ ਸੀਗੀ ਜੇ ਨਹੀਂ ਸ਼ੇਅਰ ਕਰ ਦਿੱਤਾ ਸ਼ੇਅਰ ਜਰੂਰ ਕਰਿਆ ਕਰੋ ਤਾਂਕਿ ਬਾਕੀ ਬੱਚਾ ਤੱਕ ਵੀ ਜਿਹੜੀ ਇਨਫੋਰਮੇਸ਼ਨ ਪਹੁੰਚਦੀ ਰਹੇ ਸੋ ਆਪਸ਼ਨ ਨੰਬਰ ਈ ਦੀਵਾਨ ਆਫ ਲੋਰ ਉਹਨੇ ਚੰਦੂ ਸ਼ਾਹ ਦਾ ਰੋਲ ਕੀ ਸੀਗਾ ਕਹਿੰਦੇ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਦੀ ਗੱਲ ਕਰਦੇ ਆ ਨਾ ਉਸ ਸਮੇਂ ਚੰਦੂ ਸ਼ਾਹ ਦਾ ਨਾਮ ਆਉਂਦਾ ਸੋ ਚੰਦੂ ਸ਼ਾਹ ਉਹ ਬੰਦਾ ਸੀਗਾ ਜਿਨੇ ਜਾ ਕੇ ਉਂਗਲ ਲਾਈ ਸੀਗੀ ਜਹਾਂਗੀਰ ਨੂੰ ਉਹਨੂੰ ਪੁੱਠੀਆਂ ਪੁੱਠੀਆਂ ਪੱਟੀਆਂ ਪੜਾਈਆਂ ਸੀਗੀਆਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਾਰੇ ਕਿ ਗੁਰੂ ਤਾਂ ਐ ਕਰਦਾ ਗੁਰੂ ਨੇ ਤਾਂ ਭਾਈ ਦਸਵੰਦ ਪ੍ਰਥਾ ਸਟਾਰਟ ਕਰਤੀ ਆ ਗੁਰੂ ਨੇ ਤਾਂ ਕਰਤਾ ਗੁਰੂ ਨੇ ਤਾਂ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਤਾਂ ਤੁਹਾਡੇ ਖਿਲਾਫ ਹੋ ਗਿਆ ਇਦਾਂ ਦੀਆਂ ਗੱਲਾਂ ਅਸਲ ਦੇ ਵਿੱਚ ਮਕਸਦ ਕੀ ਸੀਗਾ ਇਹ ਚਾਹੁੰਦਾ ਸੀਗਾ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪੁੱਤਰ ਗੁਰੂ ਹਰगोविंद ਜੀ ਨਾਲ ਜਿਹੜਾ ਆ ਇਹਨਾਂ ਦੀ ਧੀ ਦਾ ਆਨੰਦ ਕਾਰਜ ਹੋਣ ਲੇਕਿਨ ਗੁਰੂ ਜੀ ਨੇ ਮਨਾ ਕਰ ਦਿੱਤਾ ਸੀਗਾ ਸੋ ਇਹਨੇ ਉਹ ਬਦਲਾ ਲੈਣ ਦੇ ਲਈ ਇਦਾਂ ਦੇ ਕੰਮ ਕੀਤੇ ਤੇ ਅਖੀਰੀ ਜ਼ਾਹਾਂਗੀਰ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਲਾਹੌਰ ਬੁਲਾ ਕੇ ਉੱਥੇ ਫਿਰ ਕੀ ਕਰ ਦਿੱਤਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਗੁਰੂ ਜੀ ਅਗਲਾ ਕੁਐਸਚਨ ਦਾ ਐਡਮਿਨਿਸਟਰेटर ਆਫ ਚੰਡੀਗੜ੍ਹ ਇਜ਼ ਕਹਿੰਦੇ ਚੰਡੀਗੜ੍ਹ ਦਾ ਪ੍ਰਸ਼ਾਸਕ ਕੌਣ ਸੀਗਾ ਮੈਂ ਨਾ ਇੱਕ ਵਾਰ ਕੁਐਸਚਨ ਕਰਾਇਆ ਸੀਗਾ ਕਲਾਸ ਦੇ ਵਿੱਚ ਥੋੜਾ ਜਿਹਾ ਮੇਥੋਂ ਤੋਂ ਗਲਤ ਕਰਾਇਆ ਗਿਆ ਸੀਗਾ ਅੱਜ ਉਹਨੂੰ ਮੈਂ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ ਸ਼ਾਇਦ ਉਹ ਬੱਚੇ ਹੋਣਗੇ ਅੱਜ ਵੀ ਕਲਾਸ ਦੇ ਵਿੱਚ ਉਹ ਕੀ ਸੀਗਾ ਮੈਂ ਦੱਸ ਦੂੰਗਾ ਤੁਹਾਨੂੰ ਕੀ ਗਲਤੀ ਹੋਈ ਸੀ ਮੇਰੇ ਕੋਲ ਹਾਂ ਹਾਂ ਜਰੂਰ ਡਿਸਟ੍ਰਿਕਟ ਵਾਈਜ਼ ਜਰੂਰ ਜੀ ਜਰੂਰ 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 ਕੁਐਸਚਨ ਕਰੋ ਗਵਰਨਰ ਆਫ ਪੰਜਾਬ ਤੇ ਇਸ ਸਮੇਂ ਪੰਜਾਬ ਦਾ ਗਵਰਨਰ ਕੌਣ ਹੈ ਪੰਜਾਬ ਦਾ ਗਵਰਨਰ ਪਾਇਆ ਹੋਣਾ ਰਿਜ਼ਾਈਨ ਲੱਗ ਜੂ ਪਤਾ ਨਾ ਮਾ ਕਿਹੜਾ ਹੁੰਦਾ ਸੋ ਹੁਣ ਮੇਰੇ ਤੋਂ ਗਲਤੀ ਕਿ ਹੋਈ ਸੀ ਮੈਂ ਤੁਹਾਨੂੰ ਦੱਸ ਦੇਣਾ ਦੇਖੋ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਨਾ ਜਿਹੜਾ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਐਡਮਿਨਿਸਟਰेटर ਹੋਊਗਾ ਇਹ ਗੱਲ ਕਦੋਂ ਤੋਂ ਹੋਣ ਲੱਗੀ ਆ 1984 ਤੋਂ ਉਦੋਂ ਪਹਿਲਾਂ ਨਹੀਂ ਸੀ ਹੁੰਦੀ ਧਿਆਨ ਨਾਲ ਸੁਣੋ ਆਪਾਂ ਕਹਿੰਦੇ ਆ ਨਾ ਜਿਹੜਾ ਐਡਮਿਨਿਸਟਰेटर ਹੋਊਗਾ ਚੰਡੀਗੜ੍ਹ ਦਾ ਮਤਲਬ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਦੀ ਪੋਸਟ ਕਦੋਂ ਤੋਂ ਆਣੀ ਸਟਾਰਟ ਹੋਈ 1984 ਤੋਂ ਲੇਕਿਨ ਚੰਡੀਗੜ੍ਹ ਨੂੰ ਯੂਟੀ ਕਦੋਂ ਬਣਾਇਆ ਗਿਆ ਸੀਗਾ ਚੰਡੀਗੜ੍ਹ ਨੂੰ ਯੂਟੀ ਬਣਾਇਆ ਗਿਆ ਸੀਗਾ 1966 ਦੇ ਵਿੱਚ ਹੁਣ ਇਹ ਇਥੋਂ ਬੜੇ ਧਿਆਨ ਨਾਲ ਸੁਣੋ ਜਿਹੜੀ ਮੈਂ ਗਲਤੀ ਕੀਤੀ ਮੈਂ ਦੱਸ ਦੂੰਗਾ 1966 ਦੇ ਵਿੱਚ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਨਹੀਂ ਸੀ ਹੁੰਦਾ 1966 ਤੋਂ ਲੈ ਕੇ 1984 ਤੱਕ ਕੀ ਹੁੰਦਾ ਸੀਗਾ ਸਰ ਚੀਫ ਕਮਿਸ਼ਨਰ ਹੁੰਦਾ ਸੀਗਾ ਕੌਣ ਸੀਗਾ ਜੀ ਚੀਫ ਕਮਿਸ਼ਨਰ ਹੁੰਦਾ ਸੀਗਾ ਸੋ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਮਹਿੰਦਰ ਸਿੰਘ ਰੰਦਾਵਾ ਹੁਣ ਮੈਂ ਗਲਤੀ ਕੀ ਕਰ ਗਿਆ ਸੀਗਾ ਇੱਕ ਦਿਨ ਮੈਂ ਵੈਸੇ ਤੁਹਾਨੂੰ ਬੋਲਦੇ ਬੋਲਦੇ ਦਿਨ ਦੱਸਦਾ ਸੀਗਾ ਵੀ ਚੰਡੀਗੜ੍ਹ ਦਾ ਪਹਿਲਾ ਐਡਮਿਨਿਸਟਰेटर ਕੌਣ ਹੋਊਗਾ ਸਰ ਬਹਿਰਬ ਆਪਣਾ ਧਰਮਵੀਰਾ ਤੁਸੀਂ ਪੁੱਛਿਆ ਸਰ ਕਿਉਂ ਮੈਂ ਕਿਹਾ ਸੀ ਵੀ ਓ ਕਰਕੇ ਪੰਜਾਬ ਦਾ ਗਵਰਨਰ ਸੀਗਾ ਤਾਂ ਕਰਕੇ ਪਰ ਉੱਥੇ ਮੈਂ ਗਲਤ ਸੀਗਾ ਠੀਕ ਕੀ ਆਊਗਾ ਕਿਉਂਕਿ 1984 ਤੱਕ ਤਾਂ ਭਾਈ ਇਹ ਪੋਸਟ ਹੈ ਹੀ ਨਹੀਂ ਸੀ ਚੰਡੀਗੜ੍ਹ ਦੇ ਐਡਮਿਨਿਸਟਰेटर ਦੀ ਕਿਹੜੀ ਸੀਗੀ ਚੀਫ ਕਮਿਸ਼ਨਰ ਦੀ ਪੋਸਟ ਸੀਗੀ ਸੋ ਬਹੁਤ ਇੰਪੋਰਟੈਂਟ ਹੈ ਠੀਕ ਆ ਸਮਝੇ ਪੁਆਇੰਟ ਸੋ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਚੰਡੀਗੜ੍ਹ ਦਾ ਮਹਿੰਦਰ ਸਿੰਘ ਰੰਧਾਵਾ ਦੂਜਾ ਦਮੋਦਰਦਾਸ ਦੂਜਾ ਕਿਸੇ ਨੇ ਨਹੀਂ ਪੁੱਛਣਾ ਲੇਕਿਨ ਹਾਂ ਅਖੀਰਲਾ ਲਾਸਟ ਚੀਫ ਕਮਿਸ਼ਨਰ ਜਰੂਰ ਪੁੱਛ ਸਕਦੇ ਨੇ ਕੌਣ ਸੀਗਾ ਕ੍ਰਿਸ਼ਨ ਬਨਰਜੀ ਸੋ ਪਹਿਲਾ ਵੀ ਯਾਦ ਰੱਖਿਓ ਲਾਸਟ ਵੀ ਯਾਦ ਰੱਖਿਓ ਕਿਉਂਕਿ ਚੰਡੀਗੜ੍ਹ ਬੜਾ ਨਿਊਜ਼ ਦੇ ਵਿੱਚ ਆ ਚੰਡੀਗੜ ਦੇ ਮੇਅਰ ਦੇ ਇਲੈਕਸ਼ਨ ਬੜੀ ਨਿਊਜ਼ ਦੇ ਵਿੱਚ ਆ ਸੋ ਇਦਾਂ ਦਾ ਕੁਐਸਚਨ ਬਣ ਸਕਦਾ ਇਹਦੇ ਨਾਲ ਨਾਲ ਹੁਣ ਅਗਲਾ ਕੁਐਸਚਨ ਆਉਂਦਾ ਕਿ ਚੰਡੀਗੜ ਦਾ ਪਹਿਲਾ ਫਿਰ ਐਡਮਿਨਿਸਟਰेटर ਕੌਣ ਸੀਗਾ ਬਹਿਰਵਦੱਤ ਪਾਂਡੇ ਇਹ 1 ਜੂਨ 1984 ਨੂੰ ਬਣਿਆ ਸੀਗਾ ਬਹਿਰਵਦੱਤ ਪਾਂਡੇ ਇਹ ਪਹਿਲਾ ਐਡਮਿਨਿਸਟਰेटर ਸੀਗਾ ਚੰਡੀਗੜ ਦਾ ਲੋ ਜੀ ਦੋ ਚੀਜ਼ਾਂ ਪਤਾ ਲੱਗ ਗਈਆਂ ਆਈ ਹੋਪ ਹੁਣ ਕਲੈਰਿਟੀ ਹੋ ਗਈ ਹੋਊਗੀ ਜੇ ਕਲੈਰਿਟੀ ਹੋ ਗਈ ਇੱਕ ਵਾਰ ਯੈਸ ਸਰ ਲਿਖ ਦਿਓ ਵੀ ਨਜ਼ਰ ਆ ਗਿਆ ਜਾਂ ਤਾਂ ਡਿਟੇਲ ਚ ਕਰ ਲਿਆ ਤੇ ਹੁਣ ਸਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਦੱਸੋ ਹੁਣ ਕਲੀਅਰ ਹੋ ਗਿਆ yes ਸਰ ਲਿਖ ਦਿਓ ਬਸ ਤੇ ਜਿਹਨਾਂ ਨੇ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦਿਓ ਹਜੇ ਵੀ 100 ਬੱਚਾ ਬਿਨਾਂ ਲਾਈਕ ਕੀਤੇ ਬੈਠਾ ਆ ਲਾਈਕ ਜ਼ਰੂਰ ਕਰ ਦਿਓ ਅਗਲੇ ਕੁਐਸਚਨ ਤੇ ਚੱਲਦੇ ਹਾਂ who amongst the following is the author of the sisters of the spinning wheel ਹੇਠ ਲਿਖਿਆ ਵਿੱਚੋਂ ਦਾ ਸਿਸਟਰਜ਼ ਆਫ ਦਾ ਸਪਿਨਿੰਗ ਵੀਲ ਦੇ ਲੇਖਕ ਕੌਣ ਨੇ ਨਾਨਕ ਸਿੰਘ ਅਮਰਤਾ ਪ੍ਰੀਤਮ ਗੁਰਦਿਆਲ ਸਿੰਘ ਜਾਂ ਫਿਰ ਪੂਰਨ ਸਿੰਘ ਆ ਵੀ ਕੌਣ ਨੇ ਜੀ ਚਲੋ ਜੀ ਕਰੋ ਆਨਸਰ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰੋ ਜੀ ਕਰੋ ਐਨਪੀਐਸਪੀਸੀਐਲ ਸਟੂਡੈਂਟ ਰਮਨਦੀਪ ਸਿੰਘ ਪੀਐਸਬੀਸੀਐਲ ਵਾਰੇ ਤੁਸੀਂ ਇੱਕ ਪੇਪਰ ਦੇਣਾ ਦਾ ਕਲਾਸ ਲਾ ਲਿਆ ਕਰੋ ਮੇਰੇ ਵੀਰ ਪੇਪਰ ਚ ਆ ਜਾਊਗਾ ਦੇਖੋ ਪੰਜਾਬ ਜੀ ਕੇ ਲਗਭਗ ਸੇਮ ਹੀ ਰਹਿਣੀ ਹੁੰਦੀ ਹੈ ਤੁਸੀਂ ਕੋਈ ਪੇਪਰ ਦੇਣਾ ਨਾ ਸੇਮ ਹੀ ਰਹਿਣੀ ਆ ਜੇ ਆਹੀ ਕੁਐਸਚਨ ਪੀਐਸ ਪੀਸੀਐਲ ਚ ਆ ਗਿਆ ਨਾ ਤਾਂ ਵੀ ਤੁਸੀਂ ਆਨਸਰ ਇਹਦਾ ਆਪਸ਼ਨ ਨੰਬਰ ਡੀ ਲਾ ਕੇ ਆਉਣਾ ਆ। ਇਹੀ ਕੁਐਸਚਨ ਪੰਜਾਬ ਪੁਲਿਸ ਕਾਂਸਟੇਬਲ ਚ ਆ ਗਿਆ ਤਾਂ ਵੀ ਤੁਸੀਂ ਆਪਸ਼ਨ ਨੰਬਰ ਡੀ ਲਾ ਕੇ ਆਉਣਾ ਆ। ਇਹੀ ਕੁਐਸਚਨ ਪੰਜਾਬ ਪੁਲਿਸ ਪਟਵਾਰੀ ਚ ਆ ਗਿਆ ਤਾਂ ਵੀ ਆਪਸ਼ਨ ਨੰਬਰ ਡੀ ਲਾ ਕੇ ਆਉਣਾ ਆ। ਇਹੀ ਕੁਐਸਚਨ ਜੇ ਤੁਹਾਨੂੰ ਪੰਜਾਬ ਪਟਵਾਰੀ ਵਿੱਚ ਆ ਗਿਆ ਤਾਂ ਵੀ ਤੁਸੀਂ ਡੀ ਲਾ ਕੇ ਆਉਂਗੇ ਤੇ ਜੇ ਇਹੇ ਕੁਐਸਚਨ ਤੁਹਾਨੂੰ ਕਲਰਕ ਦੇ ਪੇਪਰ 'ਚ ਆ ਗਿਆ ਤਾਂ ਵੀ ਡੀ ਲਾ ਕੇ ਆਉਂਗੇ ਇਹੇ ਕੁਐਸਚਨ ਲੇਬਰ ਇੰਸਪੈਕਟਰ 'ਚ ਆ ਗਿਆ ਤਾਂ ਵੀ ਡੀ ਲਾ ਕੇ ਆਉਂਗੇ ਇਹੇ ਕੁਐਸਚਨ ਪੀਪੀਐਸਸੀ 'ਚ ਆ ਗਿਆ ਤਾਂ ਵੀ ਆਪਸ਼ਨ ਡੀ ਲਾ ਕੇ ਆਉਂਗੇ ਸੋ ਇਸ ਕਰਕੇ ਕੀ ਸਮਝੇ ਪੰਜਾਬ ਜੀਕੇ ਸੇਮ ਆ ਸਮਝੇ ਲੌਜੀਕ ਪੰਜਾਬ ਜੀਕੇ ਸੇਮ ਆ ਤੁਸੀਂ ਬਸ ਪੜ੍ਹਨਾ ਆਂ ਕੁ ਅਨਸਰ ਬਦਲ ਦੋਗੇ ਜੇ ਕਿਸੇ ਪੇਪਰ ਬਦਲ ਗਿਆ ਤਾਂ ਹੋ ਸਕਦਾ ਇਦਾਂ ਵੀ ਆਨਸਰ ਬਦਲਤਾ ਨਾ ਜੀ ਜੇ ਪਟਵਾਰੀ ਜਾ ਗਿਆ ਤਾਂ ਆਪਸ਼ਨ ਨੰਬਰ ਡੀ ਆਊਗਾ ਕਨਸਟੇਬਲ ਜਾ ਗਿਆ ਆਪਸ਼ਨ ਨੰਬਰ ਬੀ ਕਰ ਦਾਂਗੇ ਐ ਥੋੜੀ ਹੋਣਾ ਸੋ ਇਸ ਕਰਕੇ ਦਿਲ ਲਾ ਕੇ ਪੜੋ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਵਟ ਇਜ਼ ਦਾ ਡੇਟ ਆਫ ਅਡਾਪਟੇਸ਼ਨ ਆਫ ਪੰਜਾਬੀ ਐਜ਼ ਐਨ ਆਫੀਸ਼ੀਅਲ ਲੈਂਗੁਏਜ ਆਫ ਸਟੇਟ ਕਹਿੰਦੇ ਪੰਜਾਬ ਦੀ ਜਿਹੜੀ ਭਾਸ਼ਾ ਆਫੀਸ਼ੀਅਲ ਭਾਸ਼ਾ ਪੰਜਾਬੀ ਇਹਨੂੰ ਕਿਹੜੇ ਸਾਲ ਦੇ ਵਿੱਚ ਅਸੀਂ ਅਡਾਪਟ ਕੀਤਾ ਸੀਗਾ ਲੋਬੀ ਦੱਸੋ 1947 1956 1960 ਜਾਂ ਫਿਰ 1964 ਠੀਕ ਆ ਰਮਨਦੀ bro ਯੋ bro ਕਦਾ ਇਹਨਾ ਛੋਟਾ ਜਿਹਾ ਬੱਚਿਆਂ ਨੂੰ ਕਨਫਿਊਜ਼ਨ ਰਹਿੰਦਾ ਬੱਚੇ ਨੂੰ ਟੈਨਸ਼ਨ ਰਹਿੰਦਾ ਵੀ ਉਹ ਪਤਾ ਨਹੀਂ ਕੀ ਹੋਣਾ ਯਾਰ ਉਹ ਹੀ ਰਹਿਣਾ ਹੁਣ ਜੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸੀਗੇ ਤਾਂ ਉਹ ਜਿਹੜੇ ਮਰਜੀ ਪੇਪਰ ਚ ਆ ਜਵੇ ਉਹ ਸਿੱਖ ਧਰਮ ਦੇ ਪਹਿਲੇ ਗੁਰੂ ਹੀ ਰਹਿਣਗੇ ਹੈਨਾ ਸੋ ਇਸ ਕਰਕੇ ਚੀਜ਼ਾਂ ਪੜਨ ਤੇ ਜ਼ਿਆਦਾ ਫੋਕਸ ਕਰਿਆ ਕਰੋ ਆਨਸਰ ਕੀ ਆਜੂਗਾ 967 ਬਿਲਕੁਲ ਸਹੀ ਆ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਐਂਡ ਕਰੈਕਟ ਆਨਸਰ ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਵਿੱਚ ਡਿਸਟ੍ਰਿਕਟ ਆਫ ਪੰਜਾਬ ਇਜ਼ ਨੋਨ ਐਸ ਦਾ ਸ਼ਹੀਦਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਕਹਿੰਦੇ ਸ਼ਹੀਦਾਂ ਦੀ ਧਰਤੀ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ ਜਾਂ ਕਿਹੜੇ ਜਿਹਦੇ ਨੂੰ ਕਿਹਾ ਜਾਂਦਾ ਸ਼ਹੀਦਾਂ ਦੀ ਧਰਤੀ ਦੱਸੋ ਜੀ ਸ਼ਹੀਦਾਂ ਦੀ ਧਰਤੀ ਫਾਜ਼ਿਲਕਾ ਨੂੰ ਮੋਗੇ ਨੂੰ ਮੁਕਸਰ ਸਾਹਿਬ ਜਾਂ ਫਿਰ ਫਿਰੋਜ਼ਪੁਰ ਨੂੰ ਕਿਹਾ ਜਾਂਦਾ ਹੈ ਜੀ ਸਰ ਨੋਟੀਫਿਕੇਸ਼ਨ ਨਾ ਨੋਟੀਫਿਕੇਸ਼ਨ ਸੁਖਦੀਪ 4 ਵਜ ਜਾਂਦੇ ਆ ਨਾ ਤਾਂ ਤੁਸੀਂ ਚੁੱਪ ਕਰਕੇ ਕਲਾਸ ਆ ਜਾ ਕਰੋ ਜੇ ਫਿਰ ਵੀ ਕਲਾਸ ਨਹੀਂ ਲੱਭਦੀ YouTube ਤੇ ਜਾ ਕੇ ਕੋਈ ਚੀਜ਼ ਸਰਚ ਕਰਨੀ ਹੈ ਕਿਹੜੀ ਪੰਜਾਬ ਜੀਕੇ ਬਾਈ ਫਤੇ ਸਰ ਕੀ ਸਰਚ ਕਰਨਾ ਪੰਜਾਬ ਜੀਕੇ ਬਾਈ ਫਤੇ ਸਰ ਤੇ ਤੁਹਾਨੂੰ ਕਲਾਸ ਜਲੋ ਮਿਲ ਜੂਗੀ ਹੁਣ ਬਹੁਤ ਹੀ ਜ਼ਿਆਦਾ ਕਹਿੰਦੇ ਉਹ ਕਲੋਨੀ ਐ ਤੇ ਨਹੀਂ ਕੱਟੀ ਜਾਣੀ ਜਿਨ੍ਹਾਂ ਨੇ ਮੁਕਸਰ ਸਾਹਿਬ ਲਾਤਾ ਵੈਰੀ ਗੁੱਡ ਸਾਰਿਆਂ ਦਾ ਗਲਤ ਹੋ ਗਿਆ ਕਿਉਂ ਕਿ ਇਹ ਸ਼ਹੀਦਾਂ ਦੀ ਧਰਤੀ ਆਪਾਂ ਇੱਥੇ ਮੁਕਸਰ ਸਾਹਿਬ ਨੂੰ ਨਹੀਂ ਕਹਾਵਾਂਗੇ ਆਪਾਂ ਕਿਹਨੂੰ ਕਹਾਵਾਂਗੇ ਸਰ ਫਿਰੋਜ਼ਪੁਰ ਨੂੰ ਕਿਉਂ ਕਿ ਇੱਥੇ ਪਗ ਸਿੰਘ ਰਾਜਗੁਰੂ ਸੁਖਦੇਵ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਹੁਸੈਨੀਵਾਲ ਪਿੰਡ ਪਤਾ ਨਾ ਸਾਨੂੰ ਤਾਂ ਕਰਕੇ ਜੀ অপਸ਼ਨ ਨੰਬਰ ਡੀ ਆਊਗਾ ਸੋ ਸੀ ਨਹੀਂ ਆਊਗਾ ਜੀ ਠੀਕ ਹੈ অপਸ਼ਨ ਨੰਬਰ ਡੀ ਫਿਰੋਜ਼ਪੁਰ ਅੱਗੇ ਤੋਂ ਗੱਪ ਹੀ ਨਹੀਂ ਕਰਨੀ ਹੁਣ ਦੇਖੋ ਤੁਸੀਂ 90% ਬੱਚੇ ਨੇ অপਸ਼ਨ ਨੰਬਰ ਸੀ ਲਾਇਆ ਸੀਗਾ 90% ਬੱਚੇ ਨੇ ਇਹ ਤਾਂ 40 ਮੁਕਤੀਆਂ ਦੀ ਧਰਤੀ ਆ ਸੋ ਗਲਤੀ ਕਰ ਬੈਠਾ ਫਿਰ ਕਹਿੰਦਾ ਦਿਨ ਗਲਤੀ ਕਰ ਬੈਠਾ ਹੈ ਫਿਰ ਮਗਰ ਸੈਡ ਜੀ ਤੁਨ ਜਲਦੀ ਆ ਇਦਾਂ ਹੁੰਦੀ ਗਲਤੀ ਚਲੋ ਅਗਲੇ ਕੁਐਸਚਨ ਤੇ ਵੈਨ ਡਿਡ ਫਾਜ਼ਿਲਕਾ ਕੇਮ ਇਨਟੂ ਐਗਜ਼ਿਸਟੈਂਸ ਕਹਿੰਦੇ ਫਾਜ਼ਿਲਕਾ ਕਦੋਂ ਜ਼ਿਲ੍ਹਾ ਬਣਿਆ ਸੀਗਾ ਸੋ ਪੰਜਾਬ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਕਿੰਨੇ ਜ਼ਿਲ੍ਹੇ ਸੀਗੇ ਦੱਸੋ ਜੀ ਵੰਡ ਤੋਂ ਪਹਿਲਾਂ ਕਿੰਨੇ ਜ਼ਿਲ੍ਹੇ ਸੀਗੇ ਆਫਟਰ 1947 ਕਿੰਨੇ ਜ਼ਿਲ੍ਹੇ ਸੀਗੇ 1966 ਦੀ ਵੰਡ ਦੇ ਸਮੇਂ ਪੰਜਾਬ ਦੇ ਸੀ ਕਿੰਨੇ ਜ਼ਿਲ੍ਹੇ ਆਏ ਐਂਡ ਅੱਜ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ ਸੋ ਪਹਿਲਾਂ ਸੀਗੇ ਭਾਈ 29 16 ਪਾਕਿਸਤਾਨ ਕੋਲੇ ਗਏ 13 ਸਾਡੇ ਕੋਲ ਆ ਗਏ 11 1966 ਚ ਸਾਨੂੰ ਮਿਲ ਗਏ 7 ਹਰਿਆਣੇ ਨੂੰ ਮਿਲ ਗਏ ਤੇ ਅੱਜ ਹੈਗੇ ਟੋਟਲ 23 ਜ਼ਿਲ੍ਹੇ ਇਹਨਾਂ 23 ਜ਼ਿਲ੍ਹਿਆਂ ਵਿੱਚੋਂ ਹੌਲੀ 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 ਕਰਕੇ ਅ ਜ਼ਿਲ੍ਹੇ ਬਦਲ ਰਹੇ ਤੁਹਾਨੂੰ ਇੱਕ ਹੁਣ ਹੋਮਵਰਕ ਦਿੰਨਾ ਜਾਂ ਕਹਦਾ ਕੁਐਸਚਨਾਂ ਤੁਹਾਡੀ ਬਹੁਤ ਘੈਂਟ ਆ ਛੇ ਤੁਹਾਨੂੰ ਨਹੀਂ ਪਤਾ ਹੋਊਗਾ ਕੁਐਸਚਨ ਕੀ ਆ ਕਹਿੰਦੇ ਜਦੋਂ 1966 ਦੇ ਵਿੱਚ 11 ਜ਼ਿਲ੍ਹੇ ਸੀ ਨਾ ਤਾਂ ਜਿਹੜਾ 12ਵਾਂ ਜ਼ਿਲ੍ਹਾ ਬਣਿਆ ਸੀਗਾ ਉਹ ਕਿਹੜੇ ਸਨ ਚ ਬਣਿਆ ਸੀਗਾ ਦੱਸੋ ਜੀ ਕਿਹੜੇ ਸਨ ਚ ਬਣਿਆ ਸੀਗਾ ਜੇ ਮੇਰੀ ਪੁੱਛਿਆ ਕਿਹੜਾ ਬਣਿਆ ਸੀਗਾ ਜ਼ਿਲ੍ਹੇ ਦਾ ਨਾਂ ਨਹੀਂ ਪੁੱਛਿਆ ਬਸ ਇਹਨਾਂ ਦੱਸ ਦੋ ਵੀ ਕਿਹੜੇ ਸਨ ਦੇ ਵਿੱਚ ਇਨ ਵਿੱਚ ਇਅਰ ਦਾ 12th ਡਿਸਟ੍ਰਿਕਟ ਟੇਕਸ ਪਲੇਸ ਜਿਹਾ ਕਹਦੀ ਹੈ ਕਨਸਟੀਟਿਊਟਡ 12th ਡਿਸਟ੍ਰਿਕਟ ਆਫ ਪੰਜਾਬ ਇਨ ਵਿੱਚ ਇਅਰ ਕਿਹੜੇ ਸਾਲ ਦੇ ਵਿੱਚ ਬਣਾਇਆ ਗਿਆ ਸੀਗਾ ਇਹ ਦੱਸ ਦਿਓ ਤੇ 2011 ਦੇ ਵਿੱਚ ਕਹਿੰਦੇ ਜ਼ਿਲ੍ਹਾ ਨੰਬਰ 21 ਤੇ ਜਿਲ੍ਹਾ ਨੰਬਰ 22 ਬਣਾਏ ਗਏ ਸਿਗੇ ਤੇ 2021 ਦੇ ਵਿੱਚ ਜਿਲ੍ਹਾ ਨੰਬਰ 23 ਬਣਾਏ ਗਏ ਸਿਗੇ ਹੁਣ 21ਵਾਂ ਜਿਲ੍ਹਾ ਬਣਦਾ ਹੈ ਫਾਜ਼ਿਲਕਾ 2011 ਦੇ ਵਿੱਚ 22ਵਾਂ ਜਿਲ੍ਹਾ ਬਣਦਾ ਪਠਾਨਕੋਟ 2011 ਦੇ ਵਿੱਚ ਠੀਕ ਹੈ ਜੀ ਤੇ 23ਵਾਂ ਜਿਲ੍ਹਾ ਬਣਦਾ ਹੈ ਮਲੇਰ ਕੋਟਲਾ 2021 ਦੇ ਵਿੱਚ ਅਰੇ ਵਾ ਗੁਰਵਿੰਦਰ ਸ਼ਾਬਾਸ਼ ਕਮਲਜੀਤ ਕੌਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸੌਰਵ 1965 ਹਾਇਰ ਰੱਬਾ ਜਸਦੀਪ 862 ਜਾਲਮੂ ਥੋੜਾ ਜਿਹਾ ਦਿਲ ਤੇ ਕਰ ਲੋ ਮੇਰੇ ਤੇ ਤਰਸ 1966 ਦਾ ਪੰਜਾਬ ਦੀ ਵੰਡ ਹੋਈ ਉਦੋਂ ਪਹਿਲਾਂ ਕਿਹੜੇ ਜ਼ਿਲ੍ਹੇ ਵਧ ਗਏ ਤੱਕਾ ਨਾ ਕਰੋ ਵੀਰ ਜੀ ਇਹਨਾਂ ਨਹੀਂ ਠੀਕ ਹੈ 1972 ਵਾਲੇ ਸ਼ਾਬਾਸ਼ ਬਹੁਤ ਅੱਛਾ ਜਿਹਨਾਂ ਨੇ 1972 ਕਿਹਾ ਆ ਉਹ ਬਿਲਕੁਲ ਸਹੀ ਆ ਸੋ ਇੱਥੋਂ ਸਾਨੂੰ ਕੀ ਪਤਾ ਲੱਗਦਾ ਪਹਿਲਾਂ ਆਨਸਰ ਕਰਦੀ ਏ 2011 ਆ ਜਾਊਗਾ ਬਿਲਕੁਲ ਸਹੀ ਆ ਸੋ ਜਿੰਨੀ ਮੈਂ ਐਕਸਟਰਾ ਇਨਫੋਰਮੇਸ਼ਨ ਦਿੱਤੀ ਕਹਿੰਨੇ ਕਹਨੇ ਨੋਟ ਕੀਤੀ ਪਹਿਲਾਂ ਇਹ ਦੱਸੋ ਜਿੰਨੀ ਐਕਸਟਰਾ ਇਨਫੋਰਮੇਸ਼ਨ ਦਿੱਤੀ ਕਹਿੰਨੇ ਕਹਨੇ ਨੋਟ ਕੀਤੀ ਘਰ ਯਸ ਸਰ ਲਿਖ ਦਿਓ ਜਿਨ੍ਹਾਂ ਨੇ ਐਕਸਟਰਾ ਪੁਆਇੰਟ ਨੋਟ ਕਰ ਲੈਨੇ ਦੱਸੋ ਜੀ ਐਕਸਟਰਾ ਪੁਆਇੰਟ ਨੋਟ ਕਰ ਲੈਨੇ ਯਸ ਸਰ ਲਿਖ ਦਿਓ ਜੇ ਕਰ ਲਿਆ ਤਾਂ ਚਲ ਜੀ ਅੱਗੇ ਚਲੋ ਅਗਲੇ ਕੁਐਸਚਨ ਤੇ ਚੱਲਦੇ ਆਂ ਸਾਂਬਰ ਲੇਕ ਕਹਿੰਦੇ ਕਿੱਥੇ ਹੈਗੀ ਆ ਜੀ ਸਾਂਬਰ ਹੁਣੀ ਨਾ ਕਹਦੇ ਉਹ ਸਾਊਥ ਦੀ ਉਹ ਸਾਂਬਰ ਉਹਦੇ ਨਾਲ ਦੋਸੇ ਨਾ ਮਿਲਦਾ ਹੁੰਦਾ ਤੇ ਸਾਊਥ ਦੀ ਕੋਈ ਸਟੇਟ ਹੋਊਗੀ ਤੇ ਸਾਊਥ ਦੀ ਲਾ ਦਿਓ ਨਹੀਂ ਧੱਕਾ ਨਹੀਂ ਕਰਨਾ ਸਾਂਬਰ ਲੇਕ ਕਿੱਥੇ ਸਥਿਤ ਹੈ ਮੋਈ ਮੋਈ ਹੋਗੀ ਨਾ ਕਈਆਂ ਨਾਲ ਐ ਹੁੰਦਾ ਹੁੰਦਾ ਫਿਰ ਇੱਕ ਦਿਨ ਮੇਰੇ ਸੁਪਨੇ 'ਚ ਬਾਬਾ ਆਇਆ ਸੀਗਾ ਇੱਕ ਉਹਦੇ ਹੀ ਸੀਗਾ ਮੈਂ ਬਾਬੇ ਨੂੰ ਪੁੱਛਿਆ ਮੈਂ ਕਿ ਮੇਰੇ ਸਟੂਡੈਂਟਾਂ ਦੇ ਨਾ ਕੁਐਸਚਨ ਕੋਈ ਗਲਤ ਬਹੁ ਨਿਕਲਦੇ ਆ ਬਾਬਾ ਕਹਿੰਦਾ ਵੀ ਇਹ ਲਾਈਕ ਨਹੀਂ ਕਰਦੇ ਤਾਂ ਗਲਤ ਨਿਕਲਦੇ ਸੋ ਜਿਹਨਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਨਹੀਂ ਤਾਂ ਗਲਤੀਆਂ ਹੋ ਸਕਦੀਆਂ ਨੇ ਤੇ ਕਈ ਤਾਂ ਬਾਬਾ ਕਹਿੰਦਾ ਵਿੱਚ ਸ਼ੇਅਰ ਵੀ ਨਹੀਂ ਕਰਦੇ ਕਲਾਸ ਨੂੰ ਸੋ ਫਿਰ ਇਹ ੱਤਕਾ ਹੋ ਜਾਂਦਾ ਵੀਰ ਜੀ ਤੁਸੀਂ ਲਾਈਕ ਤੇ ਸ਼ੇਅਰ ਕਰਦਿਆ ਕਰੋ ਗਲਤੀਆਂ ਹੋਣੀਆਂ ਬੰਦ ਹੋ ਜਾਣਗੀਆਂ ਰਾਜਸਥਾਨ ਇਸ ਦਾ ਕਰੈਕਟ ਆਨਸਰ ਸਾਂਭਰ ਲੈਕ ਸਾਨੂੰ ਰਾਜਸਥਾਨ ਦੇ ਵਿੱਚ ਮਿਲਦੀ ਆ ਹੁਣ ਜੇ ਤੁਹਾਨੂੰ ਪੁੱਛੇ ਨਾ ਇੰਡੀਆ ਦੀ ਸਭ ਤੋਂ ਵੱਡੀ ਇਹ ਕਿਹੜੀ ਚੀਜ਼ ਆ ਨਮਕ ਵਾਲੀ ਚੀਜ਼ ਨਾ ਖਾਰੇ ਪਾਣੀ ਵਾਲੀ ਜਿਹਨੂੰ ਸੀਗਾ ਇਹਨਾਂ ਦਾ ਸੈਲਾਈਨ ਵਾਟਰ ਅੰਗਰੇਜ਼ੀ ਚ ਕੀ ਕਹਿੰਦੇ ਆ ਸੈਲਾਈਨ ਵਾਟਰ ਲੇਕ ਆਹੇ ਸੋ ਇੰਡੀਆ ਦੀ ਸਭ ਤੋਂ ਵੱਡੀ ਸੈਲਾਈਨ ਵਾਟਰ ਲੇਕ ਕਿਹੜੀ ਆ ਸਰਚਿਲਕਾ ਲੇਕ ਇੰਡੀਆ ਦੀ ਸਭ ਤੋਂ ਵੱਡੀ ਇਨਲੈਂਡ ਇਨਲੈਂਡ ਮਤਲਬ ਕੀ ਇੰਡੀਆ ਦੇ ਅੰਦਰ ਵਾਲੀ ਸਭ ਤੋਂ ਵੱਡੀ ਸੈਲਾਈਨ ਵਾਟਰ ਲੇਕ ਕਿਹੜੀ ਆ ਉਹ ਸਾਂਬਰ ਲੇਕ ਆ ਜੂਗੀ ਸੋ ਇਹ ਦੋ ਤਰੀਕੇ ਨਾਲ ਬਣਨਾ ਕੁਐਸਚਨ ਠੀਕ ਆ ਉੜੀਸਾ ਵਾਲੀ ਨਹੀਂ ਬੱਚੇ ਹੈਗੀ ਇਹ ਉੜੀਸਾ ਵਾਲੀ ਦੂਜੀ ਆ ਚਿਲਕਾ ਲੇਕ ਆ ਸੋ ਉਹ ਸਭ ਤੋਂ ਵੱਡੀ ਆ ਲੇਕਿਨ ਇਹ ਸਾਡੇ ਕੋਲੇ ਖਾਰੇ ਪਾਣੀ ਦੀ ਇਨਲੈਂਡ ਇਨਲੈਂਡ ਇੰਡੀਆ ਸਭ ਤੋਂ ਵੱਡੀ ਲੇਕ ਹੈ ਵੂਲਰ ਲੇਕ ਤਾਜੇ ਪਾਣੀ ਵਾਲੀ ਸਭ ਤੋਂ ਵੱਡੀ ਝੀਲ ਹੈ ਯਾ ਦੇਖੋ ਸਾਡੇ ਕੋਲੇ ਝੀਲ ਦੇ ਵਿੱਚ ਪਾਣੀ ਪਾਣੀ ਹੈ ਕਹਿੰਦੇ ਵਾਟਰ ਪਾਣੀ ਪਾਣੀ ਬਲੂ ਹੈ ਪਾਣੀ ਪਾਣੀ ਸੋ ਬਲੂ ਇਸ ਕਰਕੇ ਆ ਕਿਉਂਕਿ ਇਹਦੇ ਵਿੱਚ ਸਾਡੇ ਕੋਲੇ ਨਮਕ ਮਿਲਦਾ ਇਸ ਤਰੀਕੇ ਨਾਲ ਨਮਕ ਨਿਕਲਦਾ ਇਹੀ ਨਮਕ ਪੈਕਟਾਂ ਦੇ ਵਿੱਚ ਆ ਕੇ ਸਾਡੇ ਕੋਲ ਆਉਂਦਾ ਆ ਤੇ ਫਿਰ ਕਹਿੰਦੇ ਦੇਸ਼ ਕੇ ਨਮ ਆਪਕੇ ਨਮਕ ਮੇ ਆਪਕੇ ਟੂਥਪੇਸਟ ਮੇ ਨਮਕ ਹੈ ਕਹਿੰਦੇ ਹਾਂ ਹੈ ਤੋ ਇਹ ਦੇਸ਼ ਦਾ ਨਮਕ ਹੈ ਠੀਕ ਹੈ ਜੀ ਚਲੋ ਜੀ ਇਹ ਰਾਜਸਥਾਨ ਸੋ ਇੱਥੇ ਸਾਨੂੰ ਮਿਲਦੀ ਹੈ ਸਾmber ਲੇਖ ਅਗਲਾ ਕੁਐਸਚਨ ਵੈਨ ਵਾਸ ਰਣਜੀਤ ਸਿੰਘ ਬੌਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਹਿੰਦੇ ਕਦੋਂ ਹੋਇਆ ਸੀਗਾ 9 ਮਾਰਚ 1771 ਦੇ ਵਿੱਚ ਪੰਜਾਬ ਪੁਲਿਸ ਕੌਨ ਪੁਲਿਸ ਕਨਸਟੇਬਲ ਦਾ ਐਗਜ਼ਾਮ ਕਦੋਂ ਹੈ ਜਸਵੀਰ ਵੀਰ ਮਰਾਸ ਨੋਟੀਫਿਕੇਸ਼ਨ ਤਾਂ ਲੰਦੇ ਹੈ ਨਾ ਨੋਟੀਫਿਕੇਸ਼ਨ ਨਹੀਂ ਹੋਇਆ ਜਿਆ ਭਰਾ ਆ ਜਾਊਗਾ ਤੇ ਜਲਦੀ ਹੀ ਪੇਪਰ ਵੀ ਆ ਜਾਊਗਾ ਸੋ ਆਪਦੀ ਤਿਆਰੀ ਇਦਾਂ ਦੀ ਰੱਖੋ ਕਿ ਜਦੋਂ ਪੇਪਰ ਆਇਆ ਤੁਹਾਡੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਪੇਪਰ ਆਵੇ ਨਾ ਆਵੇ ਨੋਟੀਫਿਕੇਸ਼ਨ ਆਵੇ ਨਾ ਆਵੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਲੇਕਿਨ ਸਾਨੂੰ ਇੱਕ ਜੀ ਦਾ ਮਤਲਬ ਹੈ ਕਿ ਸਾਡੀ ਤਿਆਰੀ ਹੋਣੀ ਚਾਹੀਦੀ ਹੈ ਠੀਕ ਹੈ ਚਲੋ ਸੋ ਕਹਿੰਦੇ 13 ਨਵੰਬਰ 1780 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀਗਾ ਰਾਜਕੌਰ ਜਸਪਾਲ ਕੌਰ ਜਸਵੰਤ ਕੌਰ ਜਾਂ ਫਿਰ ਮਾਤਾ ਸੁੰਦਰੀ ਜੀ ਕੀ ਸੀਗਾ ਜੀ ਨਾ ਰਾਜਕੌਰ ਕਿਸੇ ਦਾ ਸਰ ਪਿਤਾ ਜੀ ਦਾ ਕੀ ਨਾਮ ਸੀਗਾ ਮਹਾ ਸਿੰਘ ਇਹ ਵੀ ਨੋਟ ਕਰ ਲਿਓ ਪਿਤਾ ਜੀ ਦਾ ਨਾਮ ਸੀਗਾ ਮਹਾ ਸਿੰਘ ਤੇ ਮਾਤਾ ਜੀ ਦਾ ਨਾਮ ਸੀਗਾ ਰਾਜਕੌਰ ਦਾ ਹਾਈएस्ट ਮਾਊਂਟੇਨ ਪੀਕ ਇਨ ਪੈਨਿਨਸੂਲਰ ਇੰਡੀਆ ਇਜ਼ ਪੈਨਿਨਸੂਲਰ ਇੰਡੀਆ ਮਤਲਬ ਜਿਹੜਾ ਦੱਖਣੀ ਭਾਰ ਦਾ ਨਾ ਪਠਾਰ ਵਾਲਾ ਏਰੀਆ ਉਹਦੇ ਵਿੱਚ ਸਭ ਤੋਂ ਉੱਚੀ ਪੀਕ ਕਿਹੜੀ ਹੈ ਹੁਣ ਜੇ ਆਪਾਂ ਵੈਸੇ ਪੁੱਛਦੇ ਦੁਨੀਆ ਦੀ ਸਭ ਤੋਂ ਉੱਚੀ ਪੀਕ ਤਾਂ ਫਿਰ ਅਸੀਂ ਮਾਊਂਟ ਐਵਰੈਸਟ ਲਾ ਦਿੰਦੇ ਹਣਾ ਜੋ ਤਾਂ ਸਭ ਤੋਂ ਉੱਚੀ ਹੈਗੀ ਆ ਤੇ ਹੁਣ ਜੇ ਦੇਖੀਏ ਦੱਖਣੀ ਭਾਰਤ ਮਤਲਬ ਕਿ ਪ੍ਰਾਇਦੀਪੀ ਭਾਰਤ ਜਿਹੜਾ ਦੱਖਣ ਵਾਲਾ ਆਪਣੇ ਕਹਿੰਦਾ ਉਥੇ ਉਥੇ ਸਭ ਤੋਂ ਉੱਚੀ ਪੀਕ ਸਾਡੇ ਕੋਲ ਕਿਹੜੀ ਹੈ ਅਨਾਈ ਮੂੜੀ ਦੋਦਾ ਬੇਟਾ ਮਹਿੰਦਰਗੜ ਮਹਿੰਦਰ ਗਿਰੀ ਜਾਂ ਫਿਰ ਨੀਲਗਿਰੀ ਹਾਂ ਵੀ ਦੱਸੋ ਕਿਹੜੀ ਹੈ ਏ ਬੀ ਸੀ ਡੀ ਚਾਰ ਆਪਸ਼ਨ ਨੇ ਸੋ ਚਾਰਾਂ ਵਿੱਚੋਂ ਕਿਹੜਾ ਸਹੀ ਹੈ ਦੱਸ ਦਿਓ ਜ਼ਰੂਰ ਆਨਸਰ ਕੀ ਆ ਗਿਆ ਸਾਡੇ ਕੋਲੇ ਅਨਾਈ ਮੂੜੀ ਹੁਣ ਅਨਾਈ ਮੂੜੀ ਹੈ ਕਿੱਥੇ ਆ ਦੇਖੋ ਇਦਾਂ ਪਹਾੜ ਬਣੇ ਬਹੁਤ ਸੋਹਣੇ ਪਹਾੜ ਜਿਆ ਥੋੜੇ ਜਿਹਾ ਪਹਾੜਾਂ 'ਚ ਕੌਣ-ਕੌਣ ਘੁੰਮਣ ਗਿਆ ਕਦੇ ਕੰਦੇ ਸਾਊਥ ਇੰਡੀਆ ਬਹੁਤ ਸੋਹਣਾ ਦੇਖਣ ਵਾਲਾ ਬਹੁਤ ਸੁੰਦਰ-ਸੁੰਦਰ ਪਹਾੜ ਨੇ ਉੱਥੇ ਸੂਏ ਹੈ ਸਾਡੇ ਕੋਲੇ ਤੇ ਆ ਮੈਪ ਆ ਗਿਆ ਸਾਡੇ ਕੋਲੇ ਤੇ ਮੈਪ ਦੀ ਗੱਲ ਕਰੀ ਆ ਰਿਹਾ ਅਨਾਈ ਮੁੜੀ ਹੁਣ ਅਨਾਈ ਮੁੜੀ ਜਿਹੜਾ ਹੈਗਾ ਆ ਇਹ ਉਹੀ ਕੇਰਲ ਵਾਲੇ ਏਰੀਆ ਚਾ ਕੇਰਲਾ ਕਰਨਾਟਕਾ ਤਾਮਿਲਨਾਡੂ ਦਾ ਇਥੇ ਬਾਰਡਰ ਜਿਹੜਾ ਬਣ ਜਾਂਦਾ ਸੋ ਉਸ ਏਰੀਆ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਪਹਾੜੀ ਏਰੀਆ ਅਨਾਈ ਮੁੜੀ ਬਿਲਕੁਲ ਇਹਨਾਂ ਸਟੇਟਾਂ ਵਿੱਚ ਆ ਸੋ ਜਦੋਂ ਕੋਈ অপਸ਼ਨ ਆ ਗਿਆ ਨਾ ਉਹਦੇ ਅਕੋਰਡਿੰਗ ਆਨਸਰ ਕਰ ਦਿਓ ਮਹਿੰਦਰ ਠੀਕ ਆ ਜੀ ਆ ਕਾਰਡਮਮ ਹਿਲਸ ਹੋ ਗਈਆਂ ਅੰਨਾ ਮਲਾਈ ਹੋ ਗਈਆਂ ਇੱਥੇ ਨੀਦਗਰੀ ਸੀਗਾ ਸੋ ਇਹ ਸਾਡੇ ਕੋਲੇ ਅਲੱਗ-ਅਲੱਗ ਤਰੀਕੇ ਦੇ ਪਹਾੜ ਨਹੀਂ ਗਏ ਚਲੋ ਕੋਈ ਨਾ ਜਰੂਰ ਮੌਕਾ ਮਿਲੂਗਾ ਸੋ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਤੇ ਜੋ ਕੋਈ ਪਹਿਲੀ ਵਾਰ ਆਪਣੀ ਕਲਾਸ ਹੈ ਉਹਨੂੰ ਮੈਂ ਦੱਸ ਦੇਣਾ ਚਾਹਣਾ ਆਪਣੀ ਰੋਜ਼ ਕਲਾਸ ਸ਼ਾਮ ਨੂੰ 4 ਵਜੇ ਹੁੰਦੀ ਹੈ ਇਹਦੇ ਨਾਲ ਨਾਲ ਬਹੁਤ ਸਾਰੇ ਬੱਚਿਆਂ ਦੇ ਸਵਾਲ ਆ ਕਿ ਸਿਰਫ ਫਲਾਨਾ ਪੇਪਰ ਕਰ ਦਊਗਾ ਫਲਾਨਾ ਪੇਪਰ ਕਰ ਦਊਗਾ ਦੇਖੋ ਜਿਹੜੇ ਐਗਜ਼ਾਮ ਆਉਣੇ ਆ ਉਹ ਆਉਣੇ ਆ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੁਲਿਸ ਕਨਸਟੇਬਲ ਵੀ ਆਉਣਾ ਪੰਜਾਬ ਪੁਲਿਸ ਦਾ ਵੀ ਪੇਪਰ ਆਉਣਾ ਪੰਜਾਬ ਪਟਵਾਰੀ ਦਾ ਪੇਪਰ ਵੀ ਆਉਣਾ ਵੀਡੀਓ ਦਾ ਪੇਪਰ ਵੀ ਆਉਣਾ ਹੈ ਕਲਰਕ ਦਾ ਪੇਪਰ ਆ ਚੁੱਕਾ ਸੋ ਬਹੁਤ ਸਾਰੀਆਂ ਵੈਕੈਂਸੀਆਂ ਆਉਣੀਆਂ ਨੇ ਤੇ ਬਹੁਤ ਸਾਰੀਆਂ ਵੈਕੈਂਸੀਜ਼ ਆ ਚੁੱਕੀਆਂ ਨੇ ਜੇ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਭਰਨਾ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਨਾਲ ਆ ਪੇਪਰ ਵੀ ਭਰੋ ਕਿਹੜੇ ਕਿਹੜੇ ਜਿਵੇਂ ਕਿ ਸਾਡੇ ਕੋਲੇ ਇੱਕ ਲੇਬਰ ਇਨਸਪੈਕਟਰ ਦੀਆਂ 52 ਪੋਸਟ ਆਈਆਂ ਦੱਸੋ ਕਿੰਨੇ ਕਿੰਨੇ ਭਰਿਆ ਬਹੁਤ سارے ਬੱਚੇ ਨਾ ਭਰਦੇ ਨਹੀਂ ਫਾਰਮ ਏਦਾਂ ਦੇ ਪੇਪਰ ਵੈਸੇ ਲੰਘ ਜਾਂਦੇ ਆ ਇਹਦੇ ਵਿੱਚ ਨਾਰਮਲ ਜਿਹਾ ਸਿਲੇਬਸ ਹੋਣਾ ਜਿਹੜਾ ਬਾਕੀ ਪੇਪਰਾਂ ਲਈ ਆਪਾਂ ਤਿਆਰ ਕਰਦੇ ਆ ਉਦੋਂ ਬਾਅਦ ਦੇਖੋ ਇਹਦਾ ਪੇਪਰ ਭਰਨ ਦੀ ਤਰੀਖ ਸਟਾਰਟ ਹੋ ਚੁੱਕੀ ਹੈ ਤੇ ਇਹ 11 ਮਾਰਚ ਤੱਕ ਚੱਲੂਗਾ ਸੋ ਫਾਰਮ ਜ਼ਰੂਰ ਭਰ ਦਿਓ ਕਲਰਕ ਦੀਆਂ ਪੋਸਟਾਂ ਜਲਦੀ ਆਉਣਗੀਆਂ 29 ਮਾਰਚ ਸੋ ਇਹ ਕਹਿੰਦੇ ਕਲਰਕ ਦੀਆਂ ਪੋਸਟਾਂ ਨੇ ਲੋਜੀ ਇੱਕ ਹੋਰ ਪੋਸਤ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀਆਂ ਪੋਸਟਾਂ ਵੀ ਆਉਣ ਵਾਲੀਆਂ ਨੇ ਇਹ ਵੀ 29 ਫਰਵਰੀ ਤੋਂ ਸਟਾਰਟ ਹੋਣਗੀਆਂ ਮਤਲਬ ਬਹੁਤ ਜਲਦੀ ਹੀ ਤਿੰਨ ਚਾ ਦੋ ਹੋਰ ਨਵੇਂ ਨੋਟੀਫਿਕੇਸ਼ਨ ਆਉਣੇ ਨੇ ਤੇ ਇੱਕ ਜਿਹੜਾ ਆਲਰੇਡੀ ਆ ਚੁੱਕਾ ਆ ਪੰਜਾਬ ਪੁਲਿਸ ਦੀਆਂ 1450 ਵੈਕੈਂਸੀਆਂ ਲੱਗਣੀਆਂ ਨੇ ਕਾਂਸਟੇਬਲ ਦੀ 1800 ਉਹ ਨੋਟੀਫਿਕੇਸ਼ਨ ਘੁੰਮਿਆ ਸੀਗਾ ਸੱਚਾ ਝੂਠਾ ਸਾਨੂੰ ਨਹੀਂ ਪਤਾ ਐਂਡ ਇਹਦੇ ਨਾਲ ਨਾਲ ਸਾਡੇ ਕੋਲੇ ਪਟਵਾਰੀ ਵੀਡੀਓ ਰੀਓਪਨ ਹੋਣਾ ਹੈ ਹੁਣ ਇਹ ਸਾਰਾ ਕੁਝ ਅਸੀਂ ਅਲੱਗ-ਅਲੱਗ ਬੈਚ ਲੈ ਕੇ ਤਿਆਰੀ ਨਹੀਂ ਕਰਨੀ ਜੇ ਤਾਂ ਤਿਆਰੀ ਬੈਸਟ ਚੱਲਦੀ ਆ ਬਹੁਤ ਚੰਗੀ ਗੱਲ ਆ ਜਾਂ 4 ਵਜੇ ਉਹ ਕਲਾਸ ਲੋ ਬਹੁਤ ਵਧੀਆ ਆ ਜੇ ਲੱਗਦਾ ਕਿ ਨਹੀਂ ਸਰ ਕਮੀ ਆ ਹਜੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪੜ੍ਹਨ ਦੀ ਲੋੜ ਆ ਕਿਉਂਕਿ ਸਿਲੈਕਸ਼ਨ ਮੋਟੀਵੇ ਆ ਤੁਹਾਡਾ ਤੁਹਾਡਾ ਮੋਟੀਵੇ ਐਸਮੇ ਨਹੀਂ ਕਿ ਤੁਸੀਂ ਪੈਸੇ ਬਚਾਉਣੇ ਕਰਦੇ ਆਂਦੇ ਤੁਸੀਂ 1800 ਰੁਪਏ ਨਹੀਂ ਲਾਉਣਾ 2000 ਰੁਪਏ ਨਹੀਂ ਲਾਉਣਾ 2500 ਰੁਪਏ ਨਹੀਂ ਲਾਉਣਾ ਉਹ ਮੋਟੀਵ ਨਹੀਂ ਹੈਗਾ ਮੋਟੀਵ ਕੀ ਆ ਸਿਲੈਕਸ਼ਨ ਲੈਣੀ ਠੀਕ ਹੈ ਸੋ ਸਿਲੈਕਸ਼ਨ ਲੈਣੀ ਆ ਉਹਦੇ ਲਈ ਤੁਹਾਨੂੰ ਲੱਗਦਾ ਤਿਆਰੀ ਵਧੀਆ ਚੱਲ ਰਹੀ ਆ ਤਾਂ ਪਤਾ ਨਹੀਂ ਲੱਗ ਰਿਹਾ ਕਿਦਾਂ ਪੜਨਾ ਜਾਂ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਆਉਂਦੀ ਹੈ ਫਿਰ ਤੁਸੀਂ ਪੰਜਾਬ ਦੇ ਮਹਾਪੈਕ ਤੇ ਐਡਮਿਸ਼ਨ ਲੈ ਸਕਦੇ ਹੋ ਤੇ ਐਡਮਿਸ਼ਨ ਲੈਣ ਦੇ ਲਈ ਤੁਹਾਡਾ ਪਲਾਨ ਹੋਊਗਾ ਕਿ ਇਹਨਾਂ ਨਾਲ ਜੁੜ ਕੇ ਪੜ੍ਹਾਈ ਕਰਨ ਤੁਸੀਂ ਮੇਨ ਨਾਲ ਤਿਆਰੀ ਕਰ ਸਕਦੇ ਹੋ ਰਲ ਕੇ ਸੋ ਪੰਜਾਬ ਦਾ ਮਹਾਪੈਕ ਜਿਹੜਾ 3499 ਰੁਪਏ ਦੇ ਵਿੱਚ ਇੱਕ ਸਾਲੀ ਐਡਮਿਸ਼ਨ ਮਿਲਦੀ ਹੁੰਦੀ ਹੈ ਇਹ 3080 ਚ ਮਿਲ ਜੂਗੀ ਡਿਸਕਾਊਂਟ ਕੋਡ Y566 ਯੂਜ਼ ਕਰਕੇ ਤੇ ਜੇ ਤੁਸੀਂ ਡਿਸਕਾਊਂਟ ਕੋਡ Y566 ਯੂਜ਼ ਕਰੋਗੇ ਇੱਕ ਤਾਂ ਸਾਨੂੰ ਡਿਸਕਾਊਂਟ ਮਿਲ ਗਿਆ ਮਤਲਬ ਪੈਸੇ ਘਟ ਗਏ ਐਂ ਤੇ ਉਹ ਵੀ ਜ਼ਰੂਰੀ ਕੀ ਹੋ ਗਿਆ ਸਾਡੇ ਕੋਲੇ ਤੁਸੀਂ ਫਤੇਸਰ ਦੇ ਨਾਲ ਜੁੜ ਜਾਓਗੇ ਠੀਕ ਹੈ ਜੀ ਮੇਰੀ ਜ਼ਿੰਮੇਵਾਰੀ ਬਣ ਗਿਆ ਜਦੋਂ ਮੇਰੀ ਜ਼ਿੰਮੇਵਾਰੀ ਬਣ ਗਿਆ ਫਿਰ ਕੀ ਹੋਣਾ ਫਿਰ ਆਪਾਂ ਰਲ ਕੇ ਤਿਆਰੀ ਕਰਾਂਗੇ ਰਲ ਕੇ ਤਿਆਰੀ ਕਰਾਂਗੇ ਤੇ ਜਿਹੜੇ ਬੱਚੇ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਲਈ ਸਪੈਸ਼ਲ ਗਾਈਡੈਂਸ ਦੀਆਂ ਕਲਾਸਾਂ ਹੋਣਗੀਆਂ ਸਪੈਸ਼ਲ ਗਾਈਡੈਂਸ ਦੀਆਂ ਕਲਾਸਾਂ ਜਿਹੜੀਆਂ ਸਿਰਫ ਤੇ ਸਿਰਫ ਕਿਹਨਾਂ ਨੂੰ ਮਿਲਦੀਆਂ ਨੇ ਓਨਲੀ ਉਹਨਾਂ ਬੱਚਿਆਂ ਨੂੰ ਜਿਹੜੇ Y565 ਵਾਲੇ ਨੇ ਤੇ ਬਾਕੀ ਨੂੰ ਤਾਂ ਪਤਾ ਵੀ ਨਹੀਂ ਲੱਗਾ ਕਲਾਸਾਂ ਹੋ ਗਈਆਂ ਠੀਕ ਹੈ ਬਾਕੀਆਂ ਨੂੰ ਪਤਾ ਉਹ ਨਹੀਂ ਲੱਗਣਾ ਉਹਨਾਂ ਨੂੰ ਐ ਲੱਗਣਾ ਵੀ ਠੀਕ ਆ ਕਿਉਂਕਿ ਉਹਨਾਂ ਦੀ ਵੀ ਗਾਈਡੈਂਸ ਕਲਾਸ ਹੋ ਜਾਂਦੀ ਬਾਕੀਆਂ ਦੀ ਵੀ ਇੱਕ ਉਹ ਮੈਂ ਲੈ ਲੈਣਾ ਹੁੰਦਾ ਲੇਕਿਨ ਇਹਨਾਂ ਦੇ ਲਈ ਸਪੈਸ਼ਲ ਕਲਾਸਾਂ ਬਣਦੀਆਂ ਨੇ ਸੋ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਐਡਮਿਸ਼ਨ ਕਿੱਦਾਂ ਲੈਣੀ ਤੇ ਤਿਆਰੀ ਕਿੱਦਾਂ ਕਰਨੀ ਆ ਸੋ ਧਿਆਨ ਕੀ ਰੱਖਣਾ Y565 Y565 ਹੁਣ ਐਡਮਿਸ਼ਨ ਲੈਣ ਦਾ ਤਰੀਕਾ ਕੀ ਆ ਬੜਾ ਹੀ ਸੌਖਾ ਤਰੀਕਾ Google ਤੇ ਜਾਣਾ ਸਿੰਪਲ ਅਸੀਂ ਸਰਚ ਕਰਨਾ ਪੰਜਾਬ ਮਹਾਪੈਕ ਪਹਿਲਾ ਲਿੰਕ ਆ ਗਿਆ ਕਲਿੱਕ ਕਰ ਦਿਓ ਜਿਵੇਂ ਪਹਿਲੇ ਲਿੰਕ ਤੇ ਕਲਿੱਕ ਕਰਾਂਗੇ ਸਰ ਮੇਰੇ ਐਸਆਈ ਜੋ ਸਿਲੈਕਸ਼ਨ ਹੋ ਗਿਆ ਜੀ ਔਰ ਮੈਂ ਮਹਾਪੈਕ ਲਈ ਆ ਸੀ ਥੈਂਕਸ ਫॉर ਗਿਵਿੰਗ ਐਕਸੀਲੈਂਸ ਅਰੇ ਵਾਹ ਸੰਜੀਵ ਬਹੁਤ ਅੱਛੇ ਲਓ ਜੀ ਇਦਾਂ ਹੁੰਦਾ ਤੁਹਾਡਾ ਵੀ ਇਦਾਂ ਹੀ ਸਿਲੈਕਸ਼ਨ ਹੋਣੀ ਆ ਸੰਜੀਵ ਇੱਕ ਵਾਰ ਨਾ ਮੈਨੂੰ ਮੈਸੇਜ ਕਰ ਦਿਓ ਬੱਚੇ ਆਪਣੇ ਇੰਸਟਾਗ੍ਰam ਦੇ ਉੱਤੇ ਫਤਿਹ ਸਰ ਵਾਲੀ ਆਈਡੀ ਤੇ ਠੀਕ ਹੈ ਸੋ ਜਿਵੇਂ ਅਸੀਂ ਇੱਥੇ ਆਵਾਂਗੇ ਦੇਖੋ 3500 ਲਿਖਿਆ ਬਾਏ ਨਾਉ ਤੇ ਗਏ ਐਂਟਰ ਕੂਪਨ ਕੋਡ ਤੇ ਗਏ ਤੇ ਕਿਹੜਾ ਲਾਇਆ Y565 Y565 ਜਿਵੇਂ ਇਹ ਡਿਸਕਾਊਂਟ ਕੋਡ ਲਾਇਆ 3219 ਰੁਪਏ ਰਹਿ ਗਿਆ ਪੰਜਾਬ ਦਾ ਮਹਾਪੈਕ ਦਾ ਪ੍ਰਾਈਸ ਡਿਸਕਾਊਂਟ ਕੋਡ ਧਿਆਨ ਨਾਲ ਦੇਖ ਲਓ ਇਹ ਬਹੁਤ ਜ਼ਰੂਰੀ ਆ ਇਹਦਾ ਫਾਇਦਾ ਸਿੰਪਲ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਜਿਹੜੇ ਬੱਚੇ ਨੇ ਡਿਸਕਾਊਂਟ ਲੈਣਾ ਪਹਿਲਾ ਫਾਇਦਾ ਇਹ ਆ ਦੂਜੇ ਨੰਬਰ ਤੇ ਜਿਹੜੇ ਜਿਹੜੇ ਬੱਚੇ ਨੇ ਮੇਰੇ ਨਾਲ ਜੁੜ ਕੇ ਤਿਆਰੀ ਕਰਨੀਆਂ ਦੋ ਚੀਜ਼ਾਂ ਨੇ ਠੀਕ ਆ ਬੁੱਕ ਬਾਰੇ ਵੀ ਦੱਸ ਦਿੰਦਾ ਜੀ ਸੋ ਜਿਵੇਂ ਅਸੀਂ ਡਿਸਕਾਊਂਟ ਕੋਡ Y565 ਲਾਇਆ 3299 ਰੁਪਏ ਰਹਿ ਗਿਆ ਅੱਡਾ ਦੀ ਐਪ ਤੇ ਜਾਓਗੇ ਕੋਇਨਸ ਮਿਲਗੇ ਕੋਇਨਸ ਯੂਜ਼ ਕਰ ਲਿਓ ਤੇ ਪ੍ਰਾਈਸ ਕੱਢ ਕੇ 3080 ਰੁਪਏ ਰਹਿ ਜਾਊਗਾ ਠੀਕ ਹੈ ਇਹਦੇ ਨਾਲ ਨਾਲ ਜੇ ਤੁਸੀਂ ਅੱਡਾ ਦੇ ਬੁੱਕਸ ਆਰਡਰ ਕਰਨੀਆਂ ਨੇ ਤਾਂ ਅਸੀਂ Google ਤੇ ਜਾਣਾ ਜਿਵੇਂ ਪੰਜਾਬ ਝਲਕ ਦੀ ਗੱਲ ਕਰ ਲਓ ਠੀਕ ਹੈ ਸੋ ਤੁਸੀਂ ਪੰਜਾਬ ਕਲਿੱਕ ਕੀਤਾ ਕਲਿੱਕ ਕਰਕੇ ਤੁਹਾਡੇ ਕੋਲ ਇਦਾਂ ਉੱਤੇ ਸਰਚਿੰਗ ਬਾਰ ਆ ਜਾਊਗਾ ਸੋ ਇੱਥੇ ਜਾ ਕੇ ਮੰਨ ਲਓ ਤੁਸੀਂ ਪੰਜਾਬ ਝਲਕ ਬੁੱਕ ਨੂੰ ਆਰਡਰ ਕਰਨਾ ਸੋ ਕਿਵੇਂ ਸਰਚ ਕਰਨਾ ਹੈ ਪੰਜਾਬ ਝਲਕ ਲਓ ਜੀ ਪੰਜਾਬ ਝਲਕ ਸਰਚ ਕੀਤੀ ਪੰਜਾਬ ਝਲਕ ਕੀ ਆ ਪੰਜਾਬ ਜੀਕੇ ਦੀ ਬੁੱਕ ਜਿਨ੍ਹਾਂ ਕੋਲ ਹੈਗੀ ਆ ਬਹੁਤ ਚੰਗੀ ਗੱਲ ਹੈ ਜੇ ਨਹੀਂ ਹੈਗੀ ਤੈਨੂੰ ਜ਼ਰੂਰ ਆਰਡਰ ਕਰੋ ਸੋ ਜਿਵੇਂ ਅਸੀਂ ਇਹਨੂੰ ਕਰਾਂਗੇ ਤਾਂ ਦੇਖੋ ਸਾਡੇ ਕੋਲੇ ਸੂਰਮਾ ਬੁੱਕ ਜਿਹੜੀ ਨਵੀਂ ਆਈ ਆ ਆਪਣੇ ਕਰੰਟ ਅਫੇਅਰ ਵਾਲੇ ਟੀਚਰ ਗਗਨ ਸਰ ਉਹਨਾਂ ਦੀ ਆਈ ਹੈ ਜੀ ਠੀਕ ਹੈ ਇਹਦੇ ਵਿੱਚ ਕਰੰਟ ਅਫੇਅਰ ਵੀ ਆ ਸਟੈਟਿਕ ਜੀਕੇ ਵੀ ਆ ਉਸ ਤੋਂ ਬਾਅਦ ਦੇਖੋ ਚਾਰ ਕਿਤਾਬਾਂ ਦਾ ਕੰਬੋ ਆ ਗਿਆ ਤਿੰਨ ਕਿਤਾਬਾਂ ਦਾ ਕੰਬੋ ਆ ਗਿਆ ਇਹਦੇ ਨਾਲ ਨਾਲ ਸਾਡੇ ਕੋਲੇ ਪੰਜਾਬ ਝਲਕ ਜਿਹੜੀ ਉਹ ਅੱਡ ਪਈ ਹੋਊਗੀ ਥੱਲੇ ਕੱਲੀ ਆ ਦੋ ਕਿਤਾਬਾਂ ਦਾ ਕੰਬੋ ਸੋ ਸਾਰੇ ਕੰਬੋ ਬਣੇ ਹੋਇਆ ਤੁਸੀਂ ਕੰਬੋ ਆਰਡਰ ਕਰਨਾ ਕੱਲੀ-ਕੱਲੀ ਬੁੱਕ ਆਰਡਰ ਕਰਨੀ ਆ ਜੋ ਵੀ ਕਰਨਾ ਤੁਸੀਂ ਉਹ ਕਰ ਸਕਦੇ ਹੋ ਜਿਵੇਂ ਕੱਲੀ ਬੁੱਕ ਆ ਗਈ ਪੰਜਾਬ ਝਲਕ ਤੋਡਾ ਪਲਾਨ ਆ ਅਸੀਂ ਨਵੀਂ ਜਿਹੜੀ ਕਰੰਟ ਅਫੇਅਰ ਵਾਲੀ ਬੁੱਕ ਉਹ ਵੀ ਆਰਡਰ ਕਰਨੀ ਆ ਨਾਲ ਮੈਥ ਦੀ ਬੁੱਕ ਵੀ ਆਰਡਰ ਕਰਨੀ ਆ ਪੰਜਾਬ ਝਲਕ ਵੀ ਕਰਨੀ ਆ ਡਿਜੀਟਲ ਗੁਰੂ ਵੀ ਕਰਨਾ ਇੱਥੇ ਕਲਿੱਕ ਕੀਤਾ ਸੋ ਜਿਵੇਂ ਇੱਥੇ ਕਲਿੱਕ ਕਰਾਂਗੇ ਬਾਏ ਨਾਉ ਆ ਗਿਆ ਬਾਏ ਨਾਉ ਤੇ ਕਲਿੱਕ ਕਰੋ ਹੁਣ ਧਿਆਨ ਰੱਖਿਓ ਐਂਟਰ ਕੂਪਨ ਕੋਡ ਜਿਹੜਾ ਕਰਨਾ Y565 SL ਉਹਨਾ ਮਗਰ ਜੋ ਕਿਤਾਬਾਂ ਆਰਡਰ ਕਰਨੀਆਂ ਫਿਰ SL ਲੱਗੂਗਾ ਸੋ ਲੋ ਜੀ ਆ ਗਿਆ 949 ਰੁਪਏ ਕੰਟੀਨਿਊ ਤੇ ਕਲਿੱਕ ਕਰਕੇ ਇੱਥੇ ਐਡਰੈਸ ਸਹੀ ਭਰ ਦਿਓ ਤੇ ਬੁੱਕ ਤੁਹਾਡੇ ਘਰੇ ਟਾਈਮ ਤੇ ਪਹੁੰਚ ਜੂਗੀ ਬਾਕੀ ਕੋਈ ਦਿੱਕਤ ਹੋਈ ਉਹਨਾਂ ਦੀ ਬੁੱਕ ਦਾ ਰੇਟ ਬੱਚੇ ਆ ਲੋ ਜੀ ਇੱਥੇ ਆਪਾਂ ਸਰਚ ਕਰ ਲੈਨੇ ਆ ਗਗਨ ਸਰ ਵਾਲੀ ਬੁੱਕ ਦਾ ਚਲੋ ਇੱਥੇ ਸਰਚ ਕੀਤਾ ਸੂਰਮਾ ਆਈ ਗਿਆ ਲੋ ਦੇਖੋ ਸੂਰਮਾ ਤੇ ਕਲਿੱਕ ਕੀਤਾ ਸੂਰਮਾ 3H ਸਟੈਟਿਕ ਜੀਕੇ ਵੀਸ ਵਾਲ ਹੈਗੀ ਆ ਬਾਏ ਨਾਉ ਤੇ ਗਏ ਏਂਟਰ 쿠ਪਨ ਕੋਡ ਤੇ ਗਏ Y500.S Y565S ਲਾਤਾ ਡਿਸਕਾਊਂਟ ਕੋ ਨੋਟ ਕਰ ਲਓ ਜੀ ਤੇ 270 ਰੁਪਏ ਚ ਬੁੱਕ ਆ ਜੂਗੀ ਸੋ ਕੰਟੀਨਿਊ ਤੇ ਕਲਿੱਕ ਕਰਕੇ ਐਡਰੈਸ ਸਹੀ ਭਰ ਦਿਓ ਬੁੱਕ ਤੁਹਾਡੇ ਤੱਕ ਪਹੁੰਚ ਜੂਗੀ ਠੀਕ ਹੈ ਜੀ ਚਲੋ ਸੋ ਐਸੀ ਕੀ ਕਲਾਸ ਆਈ ਹੋ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋ ਕਲਾਸ ਲਾਈਕ ਤੇ ਸ਼ੇਅਰ ਜ਼ਰੂਰ ਕਰ ਕੱਲ ਮਿਲਦੇ ਆ ਤਦ ਤੱਕ ਦੇਖੀ ਜਾਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸੀਗਾ ਸਰਨ